ਸਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਧਾਵਨ ਰਾਮ ਸਰ ਕੀ ਝੋਲ ਮਹਾਰਸ ਹਰ ਅੰਮ੍ਰਿਤ ਬੀਜ ਨਿਤ ਪ੍ਰਤ ਧਾਵਨ ਰਾਮ ਰਸ ਕੀ ਝੋਲ ਮਹਾਰਸ ਹਰ ਅੰਮ੍ਰਿਤ ਬੀਜ ਨਿਰਮਲ ਉਦਕ ਗੋਬਿੰਦ ਕਾ ਨਾਮ ਬਚਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ ਡੋਇ ਕੋਟ ਜਨਮ ਕੇ ਕਿਲ ਵਿਖ ਖੋਇ ਸਿਮਰਹਿ ਸਾਧ ਕਰਹਿ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸ ਹੈ ਬਰਾਬਤ ਹਰ ਚਰਨ ਨਿਧਾਨੋ ਨਾਨਕ ਦਾਸ ਤਿਸਹਿ ਕੁਰਬਾਨ ਜਿਸ ਹੈ ਬਰਾਬਤ ਹਰ ਚਰਨ ਨਿਧਾਨੋ ਨਾਨਕ ਦਾਸ ਤਿਸਹਿ ਕੁਰਬਾਨੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾ ਕੇ ਅਮੁੱਲ ਭਾਏ ਅਮੁੱਲਾ ਸਮਾ ਕੇ ਅਮੁੱਲ ਧਰਮ ਅਮੁੱਲ ਦੀਵਾਨ
ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਵੇ। ਸਤਿਗੁਰੂ ਜਗਤ ਦੇ ਰਹਿਬਰ, ਜਗਤ ਗੁਰੂ ਕੁੱਲ ਕਾਇਨਾਤ ਦੇ ਸਿਰਜਣਹਾਰ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਵਿੱਚ 26ਵੀਂ ਪੌੜੀ ਵਿੱਚ ਪਾਵਨੀ ਉਪਦੇਸ਼ ਬਖਸ਼ਦੇ ਨੇ, ਸੰਤਾਂ ਦੀ ਜੋ ਰੱਬ ਦੇ ਜਨ ਦੇ ਨਾਮ ਜਪਣ ਵਾਲੇ ਉਹਨਾਂ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਬਿਆਨ ਕਰਦੇ ਨੇ, ਉਪਦੇਸ਼ ਬਖਸ਼ਦੇ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਜਿਨ੍ਹਾਂ ਗੁਣਾਂ ਦੀ ਕੀਮਤ ਕਹੀ ਨਾ ਜਾਏ ਉਸਦਾ ਨਾਮ ਅਮੋਲਕ ਪੈਂਦਾ ਹੈ ਕਿ ਕੋਈ ਕੀਮਤ ਕਹੀ ਹੀ ਨਹੀਂ ਜਾਂਦੀ, ਅਮੋਲਕ। ਸੋ ਗਿਆਨ ਆਦਿਕ ਅਮੋਲਕ ਗੁਣ ਸੰਤਾਂ ਵਿੱਚ ਹੁੰਦੇ, ਰੱਬ ਦੇ ਜਨਾਂ ਵਿੱਚ ਹੁੰਦੇ ਨੇ ਐਸੇ ਗੁਣ, ਕਿਉਂਕਿ ਉਹ ਰੱਬ ਦੇ ਜਨ ਬੜੇ ਪਰੀ ਉਪਕਾਰੀ ਹੁੰਦੇ, ਸੰਸਾਰ ਦੇ ਭਲੇ ਹਿੱਤ ਇਹ ਬਖਸ਼ਿਸ਼ਾਂ ਰਹਿਮਤਾਂ ਰੱਬ ਦੇ ਜਨ ਕਰਦੇ ਨੇ। ਮੈਂ ਅੱਜ ਦਾ ਦਿਨ ਜੋ ਰਾਤ ਨੂੰ 12:21 ਤੇ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ, ਜੋ ਇਸ਼ਨਾਨ ਦੀ ਮਰਿਆਦਾ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ, ਜੋ ਅੱਜ ਜਗਤ ਸੰਸਾਰ ਵਿੱਚੋਂ ਸੰਗਤਾਂ ਨਾਮ ਸਰਾ ਕੇ ਨਮਸਤਕ ਹੁੰਦੀਆਂ ਨੇ, ਸਰੋਵਰ ਤੇ ਅਰਦਾਸ ਹੁੰਦੀ ਮਹਾਂਪੁਰਸ਼ ਮੌਜੂਦਾ ਮੁਖੀ ਇਸ਼ਨਾਨ ਆਪ ਕਰਦੇ ਨੇ, ਸੰਗਤਾਂ ਕਰਦੇ, ਉਹ ਜਪ ਤਪ ਸਮਾਗਮ ਨਾਮ ਜਪਿਆ ਜਾਂਦਾ, ਕਿਉਂਕਿ ਉਹ ਮਾਲਕ ਸਮਰੱਥ ਜੋ ਆਪ ਜਗਤ ਦੇ ਰਹਿਬਰ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ, ਇਸ 40 ਨੂੰ ਮਹਾਂਪੁਰਸ਼ਾਂ ਨੇ ਆਪ ਬਖਸ਼ਿਸ਼ ਕੀਤੀ, ਰਹਿਮਤਾਂ ਕੀਤੀਆਂ ਕਿ ਜਗਤ ਦੇ ਭਲੇ ਹਿੱਤ ਇਹ ਕਾਰਜ ਆਰੰਭਿਆ, ਜੋ 12:21 ਤੇ ਸਰੋਵਰ ਤੇ ਇਸ਼ਨਾਨ ਹੁੰਦਾ, ਅਰਦਾਸ ਹੁੰਦੀ ਹੈ, ਇਸ਼ਨਾਨ ਹੁੰਦਾ, ਬੜੀਆਂ ਸੰਗਤਾਂ ਉਤਸ਼ਾਹ ਨਾਲ ਲਾਹਾ ਲੈਂਦੀਆਂ ਨੇ, ਮਹਾਂਪੁਰਸ਼ਾਂ ਤੋਂ ਬਖਸ਼ਿਸ਼ਾਂ ਖੁਸ਼ੀਆਂ ਲੈਂਦੀਆਂ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਪਾਵਨ ਬਾਣੀ ਵਿੱਚ ਇਹ ਉਪਦੇਸ਼ ਦਿੰਦੇ ਨੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਜਿਹਨਾਂ ਗੁਣਾਂ ਦੀ ਕੀਮਤ ਕਹੀ ਤਾਂ ਜਾਏ ਉਹਨਾਂ ਦਾ ਨਾਮ ਅਮੋਲਕ ਹੈ। ਐਸਾ ਗਿਆਨ ਆਦਿਕ ਜੋ ਗੁਣ ਨੇ, ਅਮੋਲਕ ਗੁਣ ਰੱਬ ਦੇ ਜਨਾਂ ਸੰਤਾਂ ਵਿੱਚ ਹੁੰਦੇ, ਹੰਤਾਂ ਤੇ ਮਮਤਾ ਜਗਿਆਸੂਆਂ ਨੂੰ ਰਹਿਤ ਕਰਕੇ ਜੋ ਸਰੂਪ ਦੀ ਪ੍ਰਾਪਤੀ ਕਰਨੀ, ਵਪਾਰ ਵੀ ਉਹਨਾਂ ਨੂੰ ਉਹਨਾਂ ਦਾ ਅਮੋਲਕ। ਐਸਾ ਵਪਾਰ ਕੌਣ ਕਰਦੇ ਨੇ? ਰੱਬ ਦੇ ਸੰਤ ਹੀ ਕਰਦੇ, ਜਿਵੇਂ ਬੜੇ ਸਮਾਗਮ ਹੁੰਦੇ ਨੇ, ਜਪ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ,
ਜਪ ਤਪ ਸਮਾਗਮ, ਕਿਉਂਕਿ ਸਰਬੱਤ ਦੇ ਭਲੇ ਦੀ ਹੀ ਅਰਦਾਸ ਹੁੰਦੀ ਹੈ। ਗੁਰੂ ਨਾਨਕ ਦਾ ਘਰ ਹੀ ਐਸਾ ਮਹਾਂਪੁਰਸ਼ਾਂ ਨੇ ਇਹ ਪਰੇ ਉਪਕਾਰ ਕੀਤਾ। ਕੈਸਾ ਵਣਜ ਵਪਾਰ ਮਹਾਂਪੁਰਸ਼ਾਂ ਦਾ, ਉਹ ਵੀ ਅਮੋਲਕ ਹੈ। ਸਤਿਗੁਰੂ ਕਹਿੰਦੇ ਜੋ ਜਗਿਆਸੂਆਂ ਨੂੰ ਹੰਤਾ ਤੇ ਮਮਤਾ ਤੋਂ ਰਹਿਤ ਕਰਕੇ ਰੂਪ ਦੀ ਪ੍ਰਾਪਤੀ ਕਰਾ ਦਿੰਦੇ, ਜੋ ਮੁਕਤ ਦੀ ਇੱਛਾ ਵਾਲੇ ਬ੍ਰਹਮ ਲੋਕ ਪਰਜੰਤ ਸੁੱਖ ਦੀ ਅਭਿਲਾਖਾ ਦੇ ਤਿਆਗੀ ਉਹ ਮੁਖੂ ਇਸ ਧਨ ਦੇ ਵਪਾਰੀ ਨੇ, ਸੋ ਵੀ ਅਮੋਲਕ ਨੇ। ਕੋਈ ਬੋਲ ਜਿਸ ਧਨ ਲੈਣੇ ਦੇ ਨਿਵੇਦ ਉਹ ਮਖੂ ਦਾ ਸੰਤਾਂ ਦੇ ਪਾਸ ਆਉਣਾ ਹੈ, ਸੋਫੀ ਅਮੋਲਕ। ਜੋ ਗੁਣ ਸੰਤਾਂ ਤੋਂ ਲੈ ਜਾਂਦੇ ਨੇ ਉਹ ਵੀ ਅਮੋਲਕ ਗੁਣ ਨੇ, ਉਹਨਾਂ ਦਾ ਕੋਈ ਮੁੱਲ ਹੀ ਨਹੀਂ, ਕਿਉਂਕਿ ਗੁਣ ਲੈ ਕੇ ਜਾਂਦੇ ਨੇ ਰੱਬ ਦੇ ਜਨਾਂ ਤੋਂ, ਪਰੀ ਉਪਕਾਰੀ ਮਹਾਤਮਾ ਤੋਂ। ਬਚਨ ਮੰਨ ਲੈਂਦੇ ਨੇ ਕਿ ਮਹਾਂਪੁਰਸ਼ਾਂ ਦਾ ਬਚਨ ਕਿ ਜਪ ਤਪ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਕਰਕੇ ਪੂਜਣਾ ਮੰਨਣਾ, ਮਹਾਂਪੁਰਸ਼ਾਂ ਤੋਂ ਬਖਸ਼ਿਸ਼ਾਂ ਲੈਂਦੇ ਨੇ, ਉਹ ਵੀ ਅਮੋਲਕ ਹੈ ਬਖਸ਼ਿਸ਼। ਪਰਸਪਰ ਗੁਰੂ ਸਿੱਖ ਦਾ ਜੋ ਪ੍ਰੇਮ ਹੈ, ਪਾਤਸ਼ਾਹ ਫਰਮਾਉਂਦੇ ਨੇ ਜੀਵਾਨ ਜੋ ਸੰਤ ਸਭਾ ਹੈ ਸੋ ਵੀ ਅਮੋਲਕ ਹੈ, ਸੰਤ ਜਨਾਂ ਦੀ ਬੁੱਧੀ ਰੂਪ ਤਕੜੀ ਵੀ ਅਮੋਲਕ ਹੈ, ਅਮੋਲਕ ਹੈ। ਵਿਚਾਰ ਰੂਪੀ ਬੱਟਾ ਵੀ ਅਮੋਲਕ ਹੈ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਂ, ਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨੇ। ਸਤਿਗੁਰੂ ਫਰਮਾਉਂਦੇ ਨੇ ਆਪਣੇ ਆਤਮਾ ਨੂੰ ਤੋਲਦੇ ਨੇ ਚੇ ਕਰਦੇ, ਗੁਰੂ ਦਾ ਵਿਦੇਸ਼ ਰੂਪ ਜੋ ਬਖਸ਼ੀਸ਼ ਹੈ, ਗੁਰੂ ਦਾ ਵਿਦੇਸ਼ ਇਹ ਬਖਸ਼ੀਸ਼ ਹੁੰਦੀ ਹੈ ਪਿਆਰੀ, ਉਹ ਵੀ ਅਮੁੱਲਕ ਹੈ ਪਾਤਸ਼ਾਹ। ਕਿ ਜੋ ਆਤਮਾ ਦਾ ਪ੍ਰਗਟ ਹੋਣਾ ਉਹ ਵੀ ਭਗਤੀ ਦਾ ਚਿੰਨ, ਜੋ ਸਤਿਗੁਰੂ ਨੇ ਬਖਸ਼ਿਆ ਦਿੱਤਾ ਸੋ ਵੀ ਅਮੋਲਕ, ਕਿਰਪਾ ਵੀ ਸਤਿਗੁਰੂ ਦੀ ਅਮੋਲਕ, ਜੋ ਸਤਿਗੁਰੂ ਦਾ ਫਰਮਾਨ ਹੁਕਮ ਕਹਿਣਾ ਸੋ ਵੀ ਅਮੋਲਕ, ਕਿਉਂਕਿ ਮਹਾਂਪੁਰਸ਼ਾਂ ਨੇ ਬਖਸ਼ਿਸ਼ਾਂ ਕਰਨੀਆਂ। ਜੋ ਰਾਤ ਜਗਰਾਤੀ ਦੀ ਕੋਈ ਜਾਗੇਗਾ ਸਾਲ ਭਰ ਦਾ ਫਲ ਮਿਲਦਾ, ਕਿਉਂਕਿ ਵੱਡਾ ਪਾਠ, ਕਿਉਂਕਿ ਆਪ ਨਿਰੰਕਾਰ ਚੱਲ ਕੇ ਸਮਾਤ ਲੋਕ ਤੇ ਆਪ ਆਏ, ਸੰਸਾਰ ਨੂੰ ਤਾਰੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਕਿਉਂਕਿ ਆਪ ਨਿਰੰਕਾਰ ਦਾ ਰੂਪ ਹੀ ਗੁਰੂ ਨਾਨਕ ਪਾਤਸ਼ਾਹ। ਜੋ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਕਰਦੀਆਂ, ਅੱਜ ਵੀ ਉਹ ਪੌੜੀ ਅੰਮ੍ਰਿਤ ਵੇਲੇ ਲੱਗਦੀ। ਧੰਨ ਬਾਬਾ ਨਾਨਕ ਤੂੰ ਹੀ ਰੰਕਾ, ਕਿ ਹੇ ਮੇਰੇ ਗੁਰੂ ਨਾਨਕ ਤੂੰ ਹੀ ਅਕਾਲ ਪੁਰਖ ਰੰਕਾਰ ਹੈ, ਕੋਈ ਦੂਜਾ ਨਹੀਂ, ਤੂੰ ਆਪ ਹੀ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰ ਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ ਆਪ ਨਿਰੰਕਾਰ ਚੱਲ। ਦਸ ਸਰੂਪ ਪ੍ਰਗਟ ਧਾਰੇ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ੀ, 74 ਜਾਮੇ ਸੰਤਾਂ ਦੇ ਰੂਪ ਇਹ ਬਖਸ਼ਿਸ਼ਾਂ ਕੀਤੀਆਂ ਨੇ, ਕਿਉਂਕਿ ਉਹ ਮਾਲਕ ਕਿਤੇ ਜਾਂਦਾ ਨਹੀਂ, ਉਹ ਤਾਂ ਹਾਜ਼ਰਾ ਹਜ਼ੂਰ ਹੈ। ਸਿੱਧਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਜਿਸ ਪਰਮੇਸ਼ਰ ਦੀ ਪਰਮਾਤਮਾ ਦੀ ਭਗਤੀ ਕਰਕੇ ਸੰਤ ਜਨ ਭਗਤ ਫਕੀਰ ਮਹਾਤਮਾ ਅਮੋਲਕ ਹੋ ਜਾਂਦੇ ਨੇ, ਅਮੋਲਕ ਨੇ, ਕਿਉਂਕਿ ਭਗਤੀ ਕੀਤੀ ਉਸ ਵਾਹਿਗੁਰੂ ਨਿਰੰਕਾਰ ਦੀ, ਨਾਮ ਜਪਿਆ ਅਮੋਲਕ, ਉਹ ਪਰਮੇਸ਼ਰ ਕੈਸਾ ਹੈ।
ਉਹ ਪਰਿਪੂਰਨ ਪਰਮਾਤਮਾ ਕੈਸਾ ਹੈ? ਸਿੱਧ ਕਹਿਣ ਲੱਗੇ ਪਾਤਸ਼ਾਹ ਕਹਿੰਦੇ ਨੇ ਵੀ ਅਮੋਲਕ ਤੇ ਵੀ ਅਮੋਲ। ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਬਚਨ ਕਹਿਣ ਲੱਗੇ ਸਿੱਧੋ, ਉਹ ਅਮੋਲਕ ਤੇ ਵੀ ਅਮੋਲ, ਅਮੁੱਲੋ ਮੁੱਲ ਆਖਿਆ ਗਿਆ। ਇਸਦਾ ਇੰਦਾ ਕਰਕੇ ਮਹੱਤਮ ਕੁਛ ਕਿਹਾ ਨਹੀਂ ਜਾਂਦਾ ਕਿ ਕਿਤਨਾ ਕਰ, ਆਪਾਂ ਕਹਿ ਨਹੀਂ ਸਕਦੇ ਕਿ ਇੰਦਾ ਕਰਕੇ, ਕਿਉਂਕਿ ਅਮੋਲਕ ਤੇ ਵੀ ਅਮੋਲ ਹੈ ਮੇਰਾ ਬਨ। ਆਖ ਆਖ ਰਹੇ ਲੈਵਲਾਏ ਤੋ ਵੀ ਕਹਿ ਕਹਿ ਕੇ ਭੂਤਕਾਲ ਭਵਿੱਖਤ ਕਾਲ ਜੋ ਅੱਗੇ ਆਵੇਗਾ ਵਰਤਮਾਨ ਕਾਲ। ਸੰਤ ਜਾਨ ਇਸ ਵਿੱਚ ਬਿਰਤੀ ਲਾ ਰਹੇ ਨੇ, ਅੱਜ ਵੀ ਰੱਬ ਦੇ ਜਨ ਮੌਜੂਦ ਨੇ, ਪਿੱਛੇ ਸੀ ਹੁਣ ਵੀ ਅੱਗੇ ਵੀ ਹੋਗਾ, ਕਿਉਂਕਿ ਰੱਬ ਦੇ ਜਨ ਜੋ ਰੱਤੇ ਨੇ, ਜੋ ਮਰਿਆਦਾ ਸਥਾਪਨ ਕਰ ਦਿੱਤੀ ਉਹ ਅੱਜ ਵੀ ਮਰਿਆਦਾ ਬਰਕਰਾਰ ਹੈ ਚੱਲਦੀ, ਕਿਉਂਕਿ ਮਹਾਂਪੁਰਸ਼ਾਂ ਨੇ ਉਹ ਬਖਸ਼ਿਸ਼ਾਂ ਕੀਤੀਆਂ। ਆਖ ਆਖ ਰਹੇ ਲਿਵਲਾ ਜੋ ਸਤਿਗੁਰੂ ਕਹਿੰਦੇ ਤੇ ਜਸ ਨੂੰ ਸੰਤ ਕਹਿੰਦੇ ਨੇ, ਔਰਾਂ ਤੋਂ ਵੀ ਵਚਨ ਕੀਤੇ ਸਿੱਧਾਂ ਨੇ ਕਿ ਸੰਤ ਹੀ ਕੇਵਲ ਕਹਿੰਦੇ ਨੇ ਜਾਂ ਕੋਈ ਹੋਰ ਵੀ ਕਹਿੰਦਾ, ਉਸਦੇ ਜਸ ਨੂੰ ਉਸਦੇ ਗੁਣਾਂ ਨੂੰ। ਫਿਰ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰੈ ਬਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਪਾਤਸ਼ਾਹ ਕਹਿਣ ਲੱਗੇ ਸਿੱਧੋ, ਚਾਰ ਵੇਦ ਵੀ ਕਹਿੰਦੇ ਨੇ, 18 ਪੁਰਾਣ ਵੀ ਕਹਿੰਦੇ ਨੇ, ਉਹ ਤਿੰਨਾਂ ਦੇ ਪੜ੍ਹਦੇ ਖਾਰੇ ਵੀ ਕਹਿੰਦੇ ਨੇ। ਇਸ ਪਾਠ ਤੋਂ ਪੜ੍ਹ ਕੇ ਵਿਖਿਆਣ ਕਥਾ ਕਰਨ ਖਾਰੇ, ਵਿਖਿਆਣ ਟੀਕਾ ਕਰਨ ਖਾਰੇ ਵੀ ਕਹਿੰਦੇ ਨੇ, ਬ੍ਰਹਮਾ ਜੀ ਵੀ ਕਹਿੰਦੇ ਨੇ, ਚੰਦਰਮਾ ਇੰਦਰ ਵੀ ਕਹਿੰਦੇ, ਗੋਪੀਆਂ ਵੀ ਕਹਿੰਦੇ, ਕ੍ਰਿਸ਼ਨ ਭਗਵਾਨ ਜੀ ਵੀ ਗੀਤਾ ਆਦਿਕਾਂ ਵਿੱਚ ਕਹਿੰਦੇ, ਸ੍ਰੀ ਗੋਬਿੰਦ ਨੂੰ ਗੋਪੀਆਂ ਵੀ ਕਹਿੰਦੀਆਂ, ਮਹਾਦੇਵ ਜੀ ਕਹਿੰਦੇ, ਗੋਦਕਾਲਿਕ ਸਿੱਧ ਵੀ ਕਹਿੰਦੇ ਨੇ, ਕਿਤਨੇ ਹੀ ਜੋ ਬੁੱਧਮਾਨ ਪਰਮੇਸ਼ਰ ਨੇ ਕੀਤੇ ਬੁੱਧ ਆਦਿ ਗ੍ਰਹਿ ਸੂਪ ਵੀ ਕਹਿੰਦੇ। ਦਨੂ ਦੀ ਸੰਤਾਨ ਦਾਨਵ ਰਹਿਲਾਦ ਭਗਤ ਆਦਿਕ ਉਹ ਵੀ ਜਪਦੇ ਨੇ, ਉਹ ਵੀ ਜੋ ਸ੍ਰਿਸ਼ਟੀ ਦੇ ਆਦਿ ਯਾਦਕ ਦੇਵਤਾ ਰਚੇ ਗਏ, ਜਿਨ੍ਹਾਂ ਦੀ ਅਣਜਾਣ ਸੰਗਿਆ ਪਿਆ ਹੈ, ਅਜਾਣ ਸੰਗਿਆ ਉਹ ਵੀ ਕਹਿੰਦੇ ਨੇ। ਨਾਰਦ ਮੁਨਿ ਯਾਦਕ ਵੀ ਕਹਿੰਦੇ ਨੇ, ਸਵਾਮ ਸੇ ਸਭ ਸੁਰ ਨਰ ਮੁਨ ਭਗਤ ਸ਼ਿਵ ਜੀ ਦੇ ਉਪਾਸ਼ਕ ਉਹ ਵੀ ਸਾਰੇ ਕਹਿੰਦੇ। ਕੇਤੇ ਆਖ ਹੈ ਆਖਣ ਪਾਖ, ਕੇਤੇ ਕਹਿ ਕਹਿ ਉੱਠ ਉੱਠ ਜਾਖ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸਿੱਧੋ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾ ਕੇ। ਸੋ ਕਿਤਨੇ ਵਰਤਮਾਨ ਕਾਲ ਵਿੱਚ ਕਿਤਨੇ ਕਹਿਣੇ ਲੱਗੇ ਨੇ, ਭਵਿੱਖਤ ਕਾਲ ਵਿੱਚ ਵੀ ਕਹਿਣਗੇ, ਕਿਤਨੇ ਹੀ ਭੂਤ ਕਾਲ ਵਿੱਚ ਕਹਿ ਕਹਿ ਕੇ ਉੱਠ ਗਏ, ਕਿਉਂਕਿ ਸਾਰੇ ਹੀ ਜਪਦੇ ਨੇ ਵਾਹਿਗੁਰੂ ਨੂੰ, ਗੁਣ ਗਾਉਂਦੇ ਨੇ ਮੇਰੇ ਵਾਹਿਗੁਰੂ ਨਿਰੰਕਾਰ ਦੇ ਗੁਰੂ ਨਾਨਕ ਦੇ। ਏਤੇ ਕੀਤੇ ਹੋਰ ਕਰੇ,
ਤਾਂ ਆਖ ਨਾ ਸਕੈ ਕੀਕੇ। ਇਤਨੇ ਜੋ ਗਿਣਦੇ ਕੀਤੇ ਨੇ ਪਾਤਸ਼ਾਹ ਫਰਮਾਉਂਦੇ ਨੇ ਇਹਨਾਂ ਔਰ ਵੀ ਕਰੇ, ਭਾਵ ਪਿਛਲਿਆਂ ਦੇ ਸਾਥ ਮਿਲਾਈਏ ਤਾਂ ਵੀ ਕਿਸੇ ਰੀਤ ਵਿੱਚ ਕਹਿ ਨਹੀਂ ਸਕਾਂ, ਬਿਆਨ ਨਹੀਂ ਕੀਤੇ ਕਿਤਨੇ ਕੁ ਗਾਉਂਦੇ ਨੇ। ਕੇਤੇ ਕਹਿ ਕਹਿ ਉੱਠ ਉੱਠ ਜਾ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਜੇ ਵੱਡ ਭਾਵੈ ਤੇ ਵੱਡ ਹੋਏ, ਨਾਨਕ ਸੱਚਾ ਸੋਏ। ਜਿਤਨਾ ਕਰਨਾ ਚਾਹੁੰਦਾ ਉਤਨਾ ਹੀ ਵੱਡਾ ਹੋ ਜਾਂਦਾ ਹੈ ਪਿਆਰੇ। ਪਰਮੇਸ਼ਰ ਸਤ ਸੰਕਲਪ ਹੈ ਮੇਰਾ ਵਾਹਿਗੁਰੂ ਨਿਰੰਕਾਰ, ਸੋਈ ਸੱਚਾ ਸਭ ਨੂੰ ਜਾਣਦਾ ਹੈ ਹਾਜ਼ਰਾਂ ਹਜ਼ੂਰ। ਜੇ ਕੋ ਆਖੇ ਬੋਲ ਵਿਗਾੜ, ਉਹ ਕੋਈ ਵਿਅਰਥ ਬੋਲਣੇ ਵਾਲਾ ਪਰਮੇਸ਼ਰ ਦਾ ਅੰਤ ਕਹੇ ਕਿ ਮੈਂ ਕਿ ਪਰਮੇਸ਼ਰ ਕਿਤਨਾ ਕੁ ਹੈ। ਸੋ ਗਵਾਰਾਂ ਦੇ ਸਿਰ ਗਵਾਰ ਮਹਾਂਮੂਰਖਾਂ ਵਿੱਚ ਲਿਖਿਆ ਜਾਏ, ਕਿਉਂਕਿ ਇਹਨਾਂ ਕਰਕੇ ਉਸ ਵਾਹਿਗੁਰੂ ਨੂੰ ਕੋਈ ਬਿਆਨ ਨਾ ਕਰ ਸਕਿਆ, ਕਹਿ ਨਾ ਸਕਿਆ। ਸਤਿਗੁਰੂ ਪਾਤਸ਼ਾਹ ਅੱਗੇ ਸਿੱਧਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ, ਐਸੇ ਕਰਤਾ ਪੁਰਖ ਦਾ ਦਲ ਤੇ ਘਰ ਕੈਸਾ ਹੈ ਇਹ ਬਿਆਨ ਕਰ। ਜੋ ਐਸਾ ਨਿਰੰਕਾਰ ਮੇਰਾ ਵੰਗ, ਉਸਦਾ ਦਲ ਤੇ ਘਰ ਕੈਸਾ, ਜਿੱਥੇ ਬੈਠ ਕੇ ਸਰਬ ਚਰਾਚਰ ਸ੍ਰਿਸ਼ਟੀ ਦੀ ਸੰਭਾਲ ਮੇਰਾ ਵਾਹਿਗੁਰੂ ਨਿਰੰਕਾਰ ਕਰਦਾ, ਸਭ ਨੂੰ ਪਾਲਦਾ, ਉਸਦਾ ਦਲ ਤੇ ਘਰ ਕੈਸਾ ਹੈ। ਜਦੋਂ ਇਹ ਬਚਨ ਕੀਤੇ ਸਿੱਧਾਂ ਨੇ ਬੇਨਤੀ ਅਰਜ ਗੁਜ਼ਾਰੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਉਚਾਰੀ, ਬਚਨ ਕਹਿਣ ਲੱਗੇ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਬਹਿ ਸਰਬ ਸੰਭਾਲੇ। ਪਾਤਸ਼ਾਹ ਕਹਿਣ ਲੱਗੇ ਸਿੱਧੋ, ਸੋ ਦਰ ਸੋ ਘਰ ਵਾਸਤਵ ਤੇ ਕੁਛ ਕਿਹਾ ਹੀ ਨਹੀਂ ਜਾਂਦਾ। ਤੁਹਾਡੇ ਪ੍ਰਸ਼ਨ ਸਵਾਲ ਅਨੁਸਾਰ ਅਸੀਂ ਜਗਿਆਸੂਆਂ ਦੇ ਧਿਆਨ ਵਿੱਚ ਕੁਝ ਸਰਗੁਣ ਰੂਪ ਦੇ ਦਲ ਤੇ ਘਰ ਦਾ ਵਰਣਨ ਕਰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਅੱਗੇ ਸਨਮੁਖ ਬੇਨਤੀ ਸਿੱਧਾਂ ਨੂੰ ਉੱਤਰ, ਸਨਮੁਖ ਬੇਨਤੀ ਕਰਕੇ ਕਹਿੰਦੇ ਨੇ ਪਾਤਸ਼ਾਹ, ਪਰਮੇਸ਼ਰ ਸਿੱਧਾਂ ਨੂੰ ਉੱਤਰ ਦਿੰਦੇ। ਸਰੂਪ ਘਰ ਸਤ ਸੰਗ ਦਰ, ਵੈਕੁੰਠ ਘਰ ਸੰਸਾਰ ਦਰ। ਜਿੱਥੇ ਆਪਾਂ ਬੈਠੇ ਹਾਂ ਇਹ ਵੈਕੁੰਠ ਧਾਮ ਹੈ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾ। ਜਿੱਥੇ ਨਿਰੰਕਾਰ ਪ੍ਰਤੱਖ ਬੈਠਾ, ਪਾਤਸ਼ਾਹ ਕਹਿੰਦੇ ਕਿ ਪਰਮੇਸ਼ਰ ਦੇ ਦਲ ਸੰਸਾਰ ਦੀ ਰਚਨਾ ਬਿਆਨ ਕਰਦੇ ਨੇ, ਕਿਉਂਕਿ ਵੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਦੇ ਦਮਾਹੀ ਨਿਵਾਸਾ, ਤੇ ਰੱਬ ਦੇ ਜਨਾਂ ਦਾ ਵਾਸਾ ਉਹ ਵੈਕੁੰਠ ਧਾਮ ਹੈ। ਕਿ ਗੁਰੂ ਨਾਨਕ ਜਿੱਥੇ ਪ੍ਰਤੱਖ ਵਰਤਦਾ, ਧੰਨ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ਾਂ ਕਰਨੀਆਂ ਭਾਈ, ਜਿੱਥੇ ਹਰੀ ਦੀ ਮਰਿਆਦਾ, ਹਰੀ ਦਾ ਪੂਜਨ, ਉੱਥੇ ਹਰੀ ਪ੍ਰਤੱਖ ਬੈਠਾ ਹੈ ਹਾਜ਼ਰਾ ਹਜ਼ੂਰ। ਵਾਜੇ ਨਾਦ ਅਨੇਕ ਅਸੰਖ ਕੀਤੇ ਵਾਵਣ ਹਾਰ, ਇਹ ਸਿੱਧੋ
ਜਿਸ ਘਰ ਦੇ ਦੁਆਲੇ ਉੱਪਰ ਨਾਦ ਆਦਿਕਾ ਸੰਖ ਵਾਜੇ ਵੱਜਦੇ ਨੇ, ਜਿਵੇਂ ਗੁਰੂ ਨਾਨਕ ਦੇ ਘਰ ਹਰੀ ਦਾ ਕੀਰਤਨ ਹੁੰਦਾ, ਵਾਜੇ ਵੱਜਦੇ ਨੇ, ਗੁਣ ਗਾਏ ਜਾਂਦੇ ਨੇ, ਮੇਰੇ ਵਾਹਿਗੁਰੂ ਨਿਰੰਕਾਰ, ਅਨੇਕ ਪ੍ਰਕਾਰਾਂ ਦੇ ਵਾਜੇ ਵੱਜਦੇ ਨੇ, ਕਿਤਨੇ ਹੀ ਉਹਨਾਂ ਦੇ ਵਜਾਵਣ ਸਾਰੇ ਰੱਬ ਦੇ ਪਿਆਰੇ ਜਗਿਆਸੂ ਸੇਵਾ ਦਾ ਕੇਤੇ ਰਾਗ ਪਰੀ ਸਿਉਂ ਕਹੀ ਅਨ ਕੇਤੇ ਗਾਵਣ, ਕੇਤੇ ਅਨੰਤ ਰਾਗ ਰਾਗਣੀਆਂ ਦੇ ਸਹਿਤ ਕਹਿੰਦੇ ਨੇ, ਕਿਤਨੇ ਹੀ ਤਿੰਨ ਰਾਗਾਂ ਦੇ ਗਾਵਣ ਵਾਲੇ ਗੁੰਧਰ ਵਿਆਦ ਗਰਾਗੀ ਨੇ, ਗਾਵ ਹੈ ਤੋਹਨੋ ਪੌਣ ਪਾਣੀ ਬੈ ਸੰਤ, ਗਾਵੈ ਰਾਜਾ ਧਰਮ ਦੁਆਰ, ਹੇ ਮੇਰੇ ਵਾਹਿਗੁਰੂ ਨਿਰੰਕਾਰ ਤੇਰੇ ਤੈਨੂੰ ਪੌਣ ਜਲ ਜਲ ਅੰਬਾਨੀ ਵਰਣ ਦੇਵਤਾ ਅਗਨ ਜਠਰਾਗ ਬੜਗਾਵ ਦਾਵਾ ਗਾਉਂਦੇ ਨੇ, ਤੇਰੇ ਦਰ ਪਰ ਸਭਦਾ ਸਾਹਿਬ ਲੈਣ ਵਾਲਾ ਧਰਮ ਰਾਜਾ ਧਰਮਾਤਮਾ ਰਾਜਾ ਵੀ ਜਸ ਨੂੰ ਗਾਉਂਦਾ ਹੈ, ਜੋ ਸਭਨਾ ਦਾ ਹਿਸਾਬ ਗੁਰਾਬ ਲੈਂਦਾ ਧਰਮ ਗਾਵੈ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਪਾਤਸ਼ਾਹ ਬਚਨ ਕਹਿੰਦੇ ਨੇ ਜੋ ਗੁਪਤ ਕੀਤੇ ਹੋਏ ਜੀਵਾਂ ਦੇ ਕਰਮਾਂ ਨੂੰ ਚਿੱਤਰ ਤੇ ਗੁਪਤ, ਜੋ ਜੀਵਾਂ ਦੇ ਸ਼ੁਭਾ ਸ਼ੁਭ ਪੁੰਨ ਤੇ ਪਾਪ ਚੰਗੇ ਤੇ ਮਾੜੇ ਕਰਮਾਂ ਨੂੰ ਜਾਣਦਾ ਹੈ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੇ, ਗਾਵ ਹੈ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਇਸਦੇ ਲਿਖੇ ਅਨੁਸਾਰ ਧਰਮ ਰਾਜਾ ਭਿੰਨਿਆ ਉਹ ਵਿਚਾਰਦਾ, ਕਿਉਂਕਿ ਲਿਖਤ ਕੌਣ ਕਰਦਾ ਹੈ, ਚਿੱਤਰ ਤੇ ਗੁਪਤ ਕਰਦਾ, ਚਿੱਤਰ ਸਾਰੇ ਦਿਨ ਦਾ ਸਾਹਿਬ ਲਿਖਦਾ, ਗੁਪਤ ਸਾਰੀ ਰਾਤ, ਕਿਸ ਮਨੁੱਖ ਨੇ ਰਾਤ ਕਿਵੇਂ ਗੁਜ਼ਾਰੀ, ਦਿਨ ਕਿਵੇਂ ਬਤੀਤ ਹੋਇਆ, ਕੀ ਸੱਚ ਬੋਲਿਆ ਕੀ ਝੂਠ ਬੋਲਿਆ, ਕੀ ਪੁੰਨ ਕੀਤੇ ਕੀ ਪਾਪ ਕਮਾਏ, ਉਹ ਲਿਖੇ ਜਾਂਦੇ ਨੇ ਪਿਆਰੇ ਸਤਿਗੁਰਾਂ ਦੇ ਬੱਚਿਆਂ ਨੇ ਬਹੀ ਤੇ ਲਿਖੇ ਜਾਂਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਕਿਉਂਕਿ ਕੱਢ ਕੇ ਬਹੀ ਬੈਠਾ ਬਾਲ, ਉੱਥੇ ਮਨੁੱਖ ਮੁਨਕਰ ਨਹੀਂ ਹੋ ਸਕਦਾ, ਝੂਠ ਨਹੀਂ ਚੱਲਦਾ, ਵੱਡੀ ਦਲਾਲੀ ਨਹੀਂ ਚੱਲਦੀ, ਝੂਠੀ ਗਵਾਹੀ ਨਹੀਂ, ਉੱਥੇ ਸੱਚੋ ਹੀ ਸੱਚ ਦਿਬੜ ਚੁਣ ਵੱਖ ਕੱਢੇ ਜਜਬਾਤ, ਸੱਚੋ ਸੱਚ ਦੇ ਨੇੜੇ ਸੱਚੇ ਵਾਹਿਗੁਰੂ ਦੀ ਦਰਗਾਹ ਵਿੱਚ ਹੁੰਦੇ ਨੇ, ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਧਰਮ ਰਾਜਾ ਵਿਚਾਰਦਾ ਹੈ ਕਿਉਂਕਿ ਚਿੱਤਰ ਗੁਪਤ ਲੇਖਾ ਲਿਖਦੇ ਨੇ, ਜੋ ਤੱਤ ਕੱਢਦਾ ਹੈ ਵਿਚਾਰ ਕਰਦਾ ਕਿ ਇਸ ਮਨੁੱਖ ਨੇ ਇਹ ਪਾਪ ਸਿੰਚੇ ਨੇ, ਇੰਨੇ ਪੁੰਨ ਕੀਤੇ, ਉਸਦਾ ਫਲ ਵੀ ਸਵਰਗ ਨਾਲ ਦਿੰਦਾ, ਚਿੱਤਰ ਗੁਪਤ ਵੀ ਹੇ ਮੇਰੇ ਵਾਹਿਗੁਰੂ ਨਿਰੰਕਾਰ ਉਹ ਵੀ ਤੈਨੂੰ ਗਾਉਂਦੇ, ਤੇਰੇ ਨਾਮ ਨੂੰ ਜਪਦੇ, ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਤੇਰੇ ਸਵਾਰੇ ਹੋਏ ਕਿਹਾ ਬਿਆਨ, ਬਣਾਏ ਹੋਏ ਸ਼ਿਵ ਰਹਿਮਾ ਉਹ ਇਹਨਾਂ ਦੀਆਂ ਦੇਵੀਆਂ ਜਾਂ ਸ਼ਕਤੀਆਂ, ਜੋ ਸੁਭਾਵਾਨ ਬਾਦਸ਼ਾਹ ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਮਹਾਰਾਜ, ਜੋ ਤਿੰਨ ਦੇਵਤੇ,
ਤਾਂ ਸ਼ਕਤੀਆਂ ਸਮੇਤ ਦੇ ਜਸ ਨੂੰ ਨਿੱਤ ਗਾਉਂਦੇ ਨੇ, ਬ੍ਰਹਮਾ ਵੀ ਗਾਉਂਦਾ ਹੈ। ਸ਼ਿਵ ਜੀ ਮਹਾਰਾਜ, ਵਿਸ਼ਨੂੰ ਭਗਵਾਨ, ਇਹਨਾਂ ਦੇਵੀਆਂ ਦੇ ਦਾ ਸ਼ਕਤੀਆਂ ਨਾਲ ਸੁਭਾਏ ਮਾਂ ਜਸ ਗਾਉਂਦੇ ਨੇ, ਨਿੱਤ ਹੀ ਗਾਉਂਦੇ ਨੇ ਵੇ ਮੇਰੇ ਵਾਹਿਗੁਰੂ ਦੇ ਜਸ। ਗਾਵਹਿ ਇੰਦ ਅਦਾਸਣ ਬੈਠੇ ਦੇਵਤਿਆਂ ਦਲ ਦਲ, ਇੰਦਰ ਦੇਵਤਿਆਂ ਦੇ ਦਲ ਵਿੱਚ ਸਿੰਘਾਸਨ ਤੇ ਬੈਠਾ ਇੰਦਰ ਦੇਵਤਾ, ਇੰਦਰ ਪੁਰੀ ਦਾ ਰਾਜਾ। ਹੇ ਵਾਹਿਗੁਰੂ ਤੇਰੇ ਦਲ ਪਰ ਤੇਰੇ ਜਸ ਨੂੰ ਉਹ ਵੀ ਗਾਉਂਦਾ, ਭਾਵੇਂ ਰਾਜਾ ਹੈ ਇੰਦਰ ਪੁਰੀ ਦਾ ਤੇਰਾ ਜਸ ਗਾ ਰਿਹਾ। ਆਪ ਤਾਂ ਸੰਯੁਕਤ ਦੇਵਤਿਆਂ ਦੇ ਸਾਥ ਗਾਉਂਦੇ ਨੇ ਸਾਰੇ, 33 ਕਰੋੜ ਦੇਵਤਾ ਵੀ ਗਾਉਂਦੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਰ ਵਿਚਾਰੇ, ਸਿੱਧ ਲੋਕ ਸਮਾਧੀਆਂ ਵਿੱਚ ਸਿੱਧ ਹੋ ਕੇ ਜੁੜ ਕੇ ਪਹਾੜਾਂ ਦੀਆਂ ਕੰਧਰਾਂ ਵਿੱਚ, ਘਣਿਆਂ ਜੰਗਲਾਂ ਵਿੱਚ, ਸਮੇਤ ਪਰਬਤ ਆਦਿਕ ਪਰਬਤਾਂ ਤੇਰੇ ਜਸ ਨੂੰ ਗਾਉਂਦੇ ਨੇ। ਜੋ ਵਿਚਾਰਵਾਨ ਸਾਧੂ ਵਿਚਾਰੀ ਸੋ ਵਿਚਾਰ ਪੂਰਵਕ ਜਸ ਗਾਉਂਦੇ ਨੇ, ਬੜੇ ਵਿਚਾਰੀ, ਕਿਉਂਕਿ ਰੱਬ ਦੇ ਜਪਦੇ ਤੇ ਜਪਾਉਂਦੇ ਨੇ। ਜਿਹਨਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਕਿਉਂਕਿ ਨਾਮ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਘਰ ਵਿੱਚ ਹੈ, ਉਹ ਵਿਚਾਰੀ ਨੇ, ਬੇਮੁਹਤਾਜ ਬੇਪਰਵਾਹ ਨੇ। ਬੇਪਰਵਾਹ ਕਿਉਂ ਰਹਿੰਦੇ ਨੇ? ਮਹਾਂਪੁਰਸ਼ਾਂ ਦੀ ਬਖਸ਼ਿਸ਼ਾਂ ਕਰਨੀ ਹੈ। ਜੋ ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ, ਸੰਤ ਕੈ ਸੰਗ ਬਸੈ ਦਿਨ ਰਾਤ, ਜਿਹਦਾ ਵਾਹਿਗੁਰੂ ਗੁਰੂ ਨਾਨਕ ਦਿਨ ਰਾਤ ਵਸਦਾ ਹੈ ਆਪਣੇ ਸੰਤਾਂ ਦੇ ਭਗਤਾਂ ਦੇ। ਦੁਕਾਲ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਉਹ ਸਦਾ ਅੰਗ ਸੰਗ ਹੈ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਜਤੀ ਸਤੀ ਸਤ ਬੋਲਣ ਖਾਰੇ, ਜੋ ਸੱਚ ਦੇ ਪੁਜਾਰੀ ਨੇ ਸੱਚ ਬੋਲਦੇ ਨੇ, ਕਿਉਂਕਿ ਉਹਨਾਂ ਤੇ ਵੱਡੀਆਂ ਬਖਸ਼ਿਸ਼ਾਂ ਨੇ। ਫਿਰ ਸਤਿਗੁਰੂ ਕੀ ਕਹਿੰਦੇ? ਸਚਿਆਰ ਸਿੱਖ ਬਹਿ ਸਤਿਗੁਰ ਪਾਸ, ਉਹ ਗੁਰੂ ਦੇ ਹਜ਼ੂਰ ਬਹਿੰਦੇ ਨੇ, ਸੱਚੇ ਨੇ, ਕਿਉਂਕਿ ਜਿੱਤ ਸੱਚ ਦੀ ਹੀ ਹੁੰਦੀ ਹੈ, ਝੂਠ ਦੀ ਨਹੀਂ। ਊੜ ਨਕੁੱਟੈ ਨਾਨਕਾ ਓੜਕ ਸੱਚ ਰਹੀ, ਊੜ ਦੇ ਬੱਦਲ ਕੁਝ ਸਮਾਂ ਆ ਵੀ ਜਾਂਦੇ ਨੇ, ਪਰ ਸੱਚ ਸੂਝ ਵਰਗਾ ਜਾਦ ਹੋ ਜਾਂਦਾ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਤਾਂ ਲਾਭ ਸੰਤੁਸ਼ਟ ਰਹਿਣ ਵਾਲੇ ਸੰਤੋਖੀ ਬਾਵਣ ਵੀਰ ਸਾਵਧਾਨ ਹੋ ਕੇ ਸੂਰਮੇ ਹਠੀਲੇ ਹੇ ਮੇਰੇ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ। ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲ, ਪੰਡਿਤ ਪੜਨ ਸਾਰੇ ਵਿਦਿਆਰਥੀ ਇੰਦਰੀ ਜਿੱਤ ਰਿਖੀ ਸ਼ਿਵਾਲ ਜੁਗਾਂ ਜੁਗਾਂ ਵਿੱਚ ਗੌਤਮ ਰਿਖੀ ਵਰਗੇ, ਵਿਸ਼ਵਾ ਮਿੱਤਰ ਸੁਖਦੇਵ ਮੁਨੀ ਵਰਗੇ ਸਭ ਕੀ ਮੇਰੇ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ। ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ,
ਸੁਰਗ ਦੀਆਂ ਬਿਲਤ ਲੋਕ ਦੀਆਂ ਪਾਤਾਲ ਦੀਆਂ ਮਨ ਦੇ ਮੋਹਣ ਵਾਲੀਆਂ ਇਸਤਰੀਆਂ ਹੇ ਮਨ ਮੋਹਨ ਮੇਰੀ ਪਿਆਰੀ ਪ੍ਰੀਤਮ ਇਹ ਸਭ ਤੇਰੇ ਜਸ ਨੂੰ ਗਾਉਂਦੀਆਂ ਨੇ ਇਹ ਵੀ ਗੁਣ ਤੇਰੇ ਹੀ ਗਾਉਂਦੀਆਂ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਤ ਨਾਲ ਜੋ ਇਸ ਸ੍ਰਿਸ਼ਟੀ ਵਿੱਚ ਉੱਤਮ ਤੋਂ ਉੱਤਮ ਪਦਾਰਥ ਹੀ ਮੇਰੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਤੁਸੀਂ ਸਾਜੇ ਨੇ ਰਚੇ ਨੇ ਮਣੀਆਂ ਆਦਿਕ ਰਤਨ ਇਹ 14 ਰਤਨ ਸਭ ਤੇਰੇ ਜਸ ਨੂੰ ਗਾਉਂਦੇ ਨੇ 68 ਤੀਰਥ ਸਤਿਗੁਰੂ ਇਹ ਵੀ ਕਹਿੰਦੇ ਨੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲ 68 ਜੋ ਤੀਰਥ ਮੁੱਖ ਮੰਨੇ ਗਏ ਨੇ ਤੀਰਥ ਤਾਂ ਬੜੇ ਨੇ ਪਰ ਜੋ ਮੁੱਖ ਤੀਰਥ ਨੇ 68 ਨੇ ਸਾਰੇ ਹੀ ਜਸ ਨੂੰ ਗਾਉਂਦੇ ਤੀਰਥ ਚਾਹੇ ਨਾ ਵਿੱਚ ਅਧਿਕ ਵੀ ਹੋਵਣ ਕੁਛ ਦੁੱਖ ਨਹੀਂ ਹੁੰਦਾ ਤਬ ਇਹ ਮੁੱਖ ਤੀਰਥ ਨਦੀਆਂ ਨਾਲਿਆਂ ਦੇ ਅਭਿਮਾਨੀ ਦੇਵ ਦੇਵੀ ਹੇ ਮੇਰੇ ਨਿਰੰਕਾਰ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ ਨੇ ਤੇਰੇ ਗੁਣ ਗਾਉਂਦੇ ਗਾਵਹਿ ਜੋਦ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਜੋਧਾ ਰਥੀ ਜੋ ਆਪਣੇ ਬਰਾਬਰ ਇੱਕ ਦੇ ਸਾਥ ਯੁੱਧ ਕਰੇ ਉਸਨੂੰ ਰਥੀ ਕਹਿੰਦੇ ਜੋਧੇ ਮਹਾਰਥੀ ਉਸਨੂੰ ਕਹਿੰਦੇ ਜੋ 10,000 ਦੇ ਸਾਥ ਯੁੱਧ ਕਰੇ ਉਹ ਮਹਾਰਥੀ ਕਹਾਉਂਦਾ ਕੇਵਲ ਕੱਲਾ ਮਹਾਬਲ ਦਾ ਭਾਵ ਮਹਾਰਥੀ ਜੋ 10,000 ਦੇ ਸਾਥ ਯੁੱਧ ਕਰੇ ਅੱਤ ਰਥੀ ਅਸੰਖਾਂ ਦੇ ਸਾਥ ਅਕੇਲਾ ਹੀ ਯੁੱਧ ਕਰੇ ਜੈਸੇ ਕ੍ਰਿਸ਼ਨ ਭਗਵਾਨ ਸਤਿਗੁਰੂ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਅੱਤ ਰਥੀ ਬਿਨਾਂ ਅਵਤਾਰਾਂ ਸੇ ਨਹੀਂ ਕਿਉਂਕਿ ਉਹ ਮਾਲਕ ਤਰੀਬ ਜਿਸਨੇ ਸਰੀਰ ਨੂੰ ਜਿੱਤਿਆ ਸੋ ਰਥੀ ਜਿਸਨੇ ਸਰੀਰ ਇੰਦਰੀਆਂ ਨੂੰ ਜਿੱਤਿਆ ਮਹਾਰਥੀ ਜਿਸਨੇ ਅਸੰਖ ਮਨ ਦੀਆਂ ਬਿਲਤੀਆਂ ਨੂੰ ਜਿੱਤ ਲਿਆ ਕਿਉਂਕਿ ਬੜੀਆਂ ਬਿਲਤੀਆਂ ਨੇ ਮਨ ਮਨ ਖਿੰਨ ਮਾਸਾ ਖਿੰਨ ਤੋਲੇ ਹੋ ਜਾਂਦਾ ਚਾਰੋਂ ਦਿਸ਼ਾਵਾਂ ਵਿੱਚ ਪਹੁੰਚ ਜਾਂਦਾ ਖਿੰਨ ਪਲ ਵਿੱਚ ਮਨ ਉਸਨੂੰ ਵੀ ਕਹਿੰਦੇ ਅਸੰਖ ਉਹਨੇ ਮਹਾਰਥੀ ਕਹਿੰਦੇ ਅਣਗਿਣਤ ਹੀ ਬਿਲਤੀਆਂ ਨੂੰ ਦਿੱਤੀਆਂ ਸਵੱਤ ਰਥੀ ਸਭ ਤੇਰਾ ਕੀ ਜਸ ਗਾਉਂਦੇ ਨੇ ਮੇਰੇ ਵਾਹੇ ਅੰਡਜ ਜੇਦਜ ਸੇਤਜ ਉਤਪੁਜ ਚਾਰ ਖਾਣੀਆਂ ਨੇ ਗਾਵਹਿ ਖਾਣੀ ਚਾਰੇ ਚਾਰ ਖਾਣੀਆਂ ਦੇ ਸਾਰੇ ਜੀਵ ਅੰਡਜ ਜੇਰਜ ਉਤਪੁਜ ਸੇਤ ਇਹ ਚਾਰੇ ਖਾਣੀਆਂ ਦੇ ਜੋ ਜੀਵ ਨੇ ਸਭ ਤੇਰੇ ਜਸ ਨੂੰ ਗਾਉਂਦੇ ਨੇ ਹੁਣ ਚਾਰ ਖਾਣੀਆਂ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੋਧ ਆ ਜੇਜ ਤੋਂ ਮਨੁੱਖ ਸੇਤਜ ਤੋਂ ਜੂਆ ਉਤਪੁਜ ਤੋਂ ਗੜੋਏ ਆ ਇਹ ਚਾਰ ਖਾਣੀਆਂ ਦੇ ਜੀਵ ਨੇ ਸਾਰੇ ਹੀ ਹੇ ਮੇਰੇ ਵਾਹਿਗੁਰੂ ਨਿਰੰਕਾਰ ਤੇਰੇ ਜਸ ਨੂੰ ਗਾਉਂਦੇ ਗਾਵਹਿ ਖੰਡ ਮੰਡਲ ਵਲ ਭੰਡਾ ਕਰ ਕਰ ਰੱਖੇ ਧਾਰੇ ਜੋ ਬਣਾ ਬਣਾ ਕੇ ਆਪਣੀ ਸਦਾ ਦੇ ਧਾਰਨ ਕਰ ਰੱਖੇ ਨੇ ਤੈਂ ਐਸੇ ਨਵਾਂ ਖੰਡਾ ਔਰ ਮੰਡਲ ਖੰਡਾ ਤਰ ਗਤ ਜੋ ਇਸੇ ਹੈ ਐਸੀ ਅਵਹਾਤਾ ਕਹਿੰਦੇ ਜੀ ਬੰਗਾਲ ਹਾਤਾ ਪੰਜਾਬ ਹਾਤਾ ਮਦਰਾਜ ਹਾਤਾ ਜੋ ਸੌ ਯੋਜਨ ਕੇ ਮੰਡਲ ਕਹਿੰਦੇ ਸੌ ਯੋਜਨ ਦੇ
ਸੋ ਇਹਨਾਂ ਦੇ ਫਸਣੇ ਹਾਰੇ ਰਾਜੇ, ਇਹਨਾਂ ਦੀ ਆਬਾਦੀ, ਦੇਵਤਾ ਸਭ ਮੇਰੇ ਵਾਹਿਗੁਰੂ ਤੇਰੇ ਜਸ ਨੂੰ ਗਾਉਂਦਾ ਹੈ। ਬ੍ਰਹਿਮੰਡ ਵਿੱਚ ਜੋ ਅਨੰਤ ਨੇ ਇਹਨਾਂ ਦੀ ਅਭਿਮਾਨੀ ਦੇਵਤਾ, ਸੋ ਵੀ ਹੇ ਵਾਹਿਗੁਰੂ ਨਿਰੰਕਾਰ ਤੇਰੇ ਜਸ ਨੂੰ ਗਾਉਂਦੇ ਨੇ। ਸੇ ਤੁਧ ਨਾ ਗਾਵਹਿ ਜੋ ਤੁਧ ਭਾਵ, ਰਤੇ ਤੇਰੇ ਭਗਤ ਰਸਾਲੇ, ਯਥਾਤ ਸੋਈ ਹੇ ਨਿਰੰਕਾਰ ਅਕਾਲ ਪੁਰਖ, ਤੇਰੇ ਜਸ ਨੂੰ ਗਾਉਂਦੇ ਨੇ ਜੋ ਤੈਨੂੰ ਪਾਉਂਦੇ ਨੇ। ਜੋ ਤੈਨੂੰ ਪਿਆਰੇ ਲੱਗਦੇ ਨੇ ਉਹ ਤੇਰੀ ਮਰਿਆਦਾ ਵਿੱਚ ਪਰਪੱਕ ਰਹਿੰਦੇ ਨੇ, ਤੇਰੇ ਗੁਣ ਗਾਉਂਦੇ ਨੇ, ਤੇਰੀ ਸਿਫਤ ਕਰਦੇ। ਉਹ ਕੌਣ ਨੇ ਤੇਰੇ ਸਾਥ ਰਤੇ ਹੋਏ, ਸੋ ਭਗਤ ਸੋ ਪ੍ਰੇਮ ਦਾ ਘਰ, ਰਸਾਂ ਦੇ ਘਰ, ਬ੍ਰਹਮ ਵਿੱਚ ਰਤੇ ਮਹਾਤਮਾ ਸੰਤ, ਉਹ ਗਾਉਂਦੇ ਨੇ ਵਾਹਿਗੁਰੂ ਦੇ ਜਸ। ਖੋਲ ਕੇ ਤੇ ਗਾਵਨ ਸੀ ਮੈਂ ਚਿਤ ਨਾਇਆਮ, ਨਾਨਕ ਕਿਆ ਵਿਚਾਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸਿੱਧੋ, ਖੋਲ ਕੇ ਤੇ ਗਾਵਨ ਸੀ ਮੈਂ ਚਿਤ ਨਾਮ, ਨਾਨਕ ਕਿਆ ਵਿਚਾਰੇ। ਇਹਨਾਂ ਤੇ ਬਿਨਾਂ ਹੋਰ ਵੀ ਆਨੰਦ ਤੇਰੇ ਜਸ ਨੂੰ ਗਾਉਂਦੇ ਨੇ, ਸੋ ਮੇਰੇ ਕੋਲ ਚਿੱਤ ਵਿੱਚ ਸਿਮਰਨ ਨਹੀਂ ਆਉਂਦਾ। ਮੈਂ ਕਿੱਥੇ ਤੱਕ ਵਿਚਾਰ ਕਰਾਂ, ਤਿੰਨ ਗਾਵਣ ਹਾਰਿਆਂ ਦੀ ਗਿਣਤੀ ਸਿਮਰਨ ਵਿੱਚ ਆਉਂਦੀ ਹੀ ਨਹੀਂ। ਅਣਗਿਣਤ ਹੀ ਗਾਉਂਦੇ ਨੇ ਮੇਰੇ ਵਾਹਿਗੁਰੂ ਦੇ ਜਸ, ਅਣਗਿਣਤ ਹੀ ਜਪਦੇ ਨੇ ਗੁਰੂ ਨਾਨਕ। ਸੋਈ ਸੋਈ ਸਦਾ ਸੱਚ ਸਾਹਿ, ਸੱਚਾ ਸੱਚੀ ਨਾਹੀ। ਸੋਈ ਸਦਾ ਸੱਚਾ ਸਾਹਿਬ ਭੂਤ ਕਾਲ ਵਿੱਚ ਸੀ, ਸੋਈ ਸੱਚਾ ਸੱਚੀ ਵਡਿਆਈ ਵਾਲਾ ਅੱਬ ਵੀ ਹੈ, ਇਹ ਨਹੀਂ ਅੱਗੇ ਸੀ ਹੁਣ ਨਹੀਂ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਉਹ ਤਾਂ ਸਦਾ ਹੈ ਸ੍ਰੀ ਜੀ। ਉਹ ਬਾਲਕ ਕਿਤੇ ਗਿਆ, ਉਹ ਤਾਂ ਹਾਜ਼ਰਾ ਹਜ਼ੂਰ ਹੈ ਵੀ ਹੋਸੀ, ਜਾਏ ਨਾ ਜਾਸੀ ਰਚਨਾ ਜਿਹਨਾਂ ਵਿੱਚ, ਜਿਸਨੇ ਰਚਨਾ ਬਣਾਈ ਸੁੰਦਰ ਜਗਤ ਦੀ ਰਚਨਾ ਮੇਰੇ ਵਾਹਿਗੁਰੂ ਵਧਾਤਾ ਨੇ ਕੀਤੀ। ਅਵਲ ਅੱਲਾ ਹੈ ਨੂਰ ਹੀ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ। ਸਾਰੀ ਜਗਤ ਦੀ ਰਚਨਾ ਇੱਕ ਤੋਂ ਹੈ, ਇੱਕ ਕੌਣ ਮੇਰਾ ਵਾਹਿਗੁਰੂ ਨਿਰੰਕਾਰ। ਸੱਜਣ ਵਾਲਾ ਇੱਕ ਹੀ ਹੈ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਭ ਅਗਰੀ, ਇੱਕ ਸਹਿ ਦੀ ਹੈ ਰੀਤ, ਹੁਕਮ ਇੱਕ ਦਾ ਹੈ। ਸੋ ਨਾ ਜਨਮਿਆ ਕਹਿ ਨਾ ਸੁਣਦਾ, ਐਸਾ ਮਾਲਕ ਅਵਨਾਸੀ ਹੈ ਮੇਰਾ ਵਾਹਿਗੁਰੂ। ਜਦੋਂ ਇਹ ਬਚਨ ਕਹੇ ਗੁਰਦੇਵ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧ ਕਹਿਣ ਲੱਗੇ, ਸਤਿਗੁਰੂ ਉਹ ਰਚਨਾ ਆਪਣੇ ਸ਼ੁੱਧ ਸਰੂਪ ਤੇ ਕੀਤੀ, ਉਹ ਰਚਨਾ ਆਪਣੇ ਸ਼ੁੱਧ ਸਰੂਪ ਤੇ ਕੀਤੀ ਜਾਂ ਹੋਰ ਕਿਸੇ ਰੀਤ ਤੇ ਕੀਤੀ ਹੈ ਰਚਨਾ। ਜਦੋਂ ਇਹ ਬਚਨ ਕਹੇ ਸਵਾਲ ਕੀਤਾ ਸਿੱਧਾਂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਰੰਗੀ ਅਰੰਗੀ ਭਾਤੀ ਕਰ ਜਿਨ ਸੀ ਮਾਇਆ ਜਿਹਦੇ ਉਪਾਈ। ਸਵੇਰ ਦੀ ਧਾਤ ਰੰਗਾਂ ਰੰਗਾਂ ਦੀ ਅਨੇਕ ਤਰ੍ਹਾਂ ਦੀ, ਭਾਵ ਵਿਅਕਤੀਆਂ ਨੂੰ
ਕਿ ਭੇਦਾਂ ਵਾਲੀ ਜਿਣਸਾਂ ਜਿਣਸਾਂ ਨੇ ਲੋਕ ਦੇਵਤਾ ਸੁਰ ਪਸ਼ੂ ਪੰਛੀ ਆਦਿਕ ਭੇਦਾਂ ਵਾਲੀ ਰਚ ਰਚ ਕੇ ਦਿਖਾਈ ਹੈ ਪਰਮੇਸ਼ਰ ਅਣਗਿਣਤ ਰਚੀ ਹੈ ਸੇਠੀ ਨਿਰੰਕਾਰ ਵਾਹਿਗੁਰੂ ਮਾਇਆ ਦੁਆਰਾ ਜਿਸਨੇ ਉਤਪੰਨ ਕੀਤੀ ਮਾਇਆ ਦੁਆਰਾ ਹੀ ਸੇਠੀ ਦੀ ਰਚਨਾ ਹੈ ਪਿਆਰਿਆ ਇਸ ਤੇ ਮਾਇਆ ਸਬਲ ਨੇ ਕੀਤੀ ਬੜੀ ਬਲ ਵਾਲੀ ਮਾਇਆ ਕਿਉਂਕਿ ਜੋ ਵਸਤੂ ਗਿਣਤੀ ਵਿੱਚ ਆ ਗਈ ਉਹ ਮਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਇਹ ਵੀ ਪ੍ਰਭੂ ਦੀ ਛਾਇਆ ਹੀ ਹੈ ਮਾਇਆ ਉਹੀ ਮਾਇਆ ਰੱਬ ਦੇ ਜਨਾ ਭਗਤਾਂ ਦੀ ਦਾਸੀ ਬਣ ਕੇ ਕਾਰ ਕਰਦੀ ਹੈ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਉਂਦੀ ਹੈ ਇਹ ਬਖਸ਼ਿਸ਼ਾਂ ਨੇ ਗੁਰੂ ਨਾਨਕ ਦੇ ਘਰ ਦੀ ਕਿਉਂਕਿ ਜਿੱਥੇ ਸੰਤਾਂ ਦੀ ਮੰਡਲੀ ਸੰਤਾਂ ਦੀ ਸਭਾ ਤੇ ਜਗਤ ਦੇ ਪਦਾਰਥ ਆਪਣੇ ਆਪ ਚੱਲ ਕੇ ਆਉਂਦੇ ਕਿਉਂਕਿ ਜਿੱਥੇ ਆਪ ਤਰਲੋਕੀ ਦਾ ਮਾਲਕ ਹਾਜ਼ਰਾਂ ਹਜ਼ੂਰ ਤੇ ਰਿੱਧੀਆਂ ਸਿੱਧੀਆਂ ਸੁਤੇ ਤੁਰੀਆਂ ਫਿਰਦੀਆਂ ਜੋ ਪਾਤਸ਼ਾਹ ਇਹ ਵਚਨ ਕਹਿੰਦੇ ਨੇ ਮਾਇਆ ਸਬਲ ਨੇ ਕੀਤੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਤਿੰਨ ਦੇਵਤੇ ਦੀ ਮਾਇਆ ਬ੍ਰਹਮਾ ਵਿਸ਼ਨੂੰ ਬ੍ਰਹਮਾ ਜੀ ਸੇਠੀ ਨੂੰ ਸਾਜਦੇ ਵਿਸ਼ਨੂੰ ਭਗਵਾਨ ਦੀ ਪਾਲਣਾ ਸ਼ਿਵਜੀ ਮਹਾਰਾਜ ਲੈ ਦੀਵਾਨ ਲਾਉਂਦਾ ਪਰ ਹੁਕਮ ਦੇ ਵਿੱਚ ਨੇ ਜਿਵ ਜਿਵ ਹੁਕਮ ਤਿਵਕਾਰ ਹੁਕਮ ਦੇ ਵਿੱਚ ਬੰਧੇ ਹੋਏ ਇਹ ਤਿੰਨੇ ਦੇਵਤੇ ਘਰ ਘਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੈਸੇ ਤਿਸ ਅਕਾਲ ਪੁਰਖ ਦੀ ਵਡਿਆਈ ਦਾ ਭਾਵ ਇੱਛਾ ਹੁੰਦੀ ਹੈ ਨਿਰੰਕਾਰ ਜਿਵੇਂ ਇੱਛਾ ਹੈ ਪ੍ਰਭੂ ਪਰਮਾਤਮਾ ਸੋ ਆਪਣੇ ਕੀਤੇ ਹੋਏ ਜਗਤ ਨੂੰ ਕਰ ਕਰਕੇ ਦੇਖਦਾ ਆਪ ਦੇਖਦਾ ਜੋ ਜੀ ਪ੍ਰੀਤਮ ਕੋਈ ਦੂਜਾ ਸਵੈਮ ਦੇਖਦਾ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਯੋਗਟਾ ਉਹ ਦੇਖਦਾ ਹੈ ਸੁਣਦਾ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜੋ ਕੁਛ ਪਰਮੇਸ਼ੁਰ ਨੂੰ ਚੰਗਾ ਲੱਗਦਾ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਭਾਉਂਦਾ ਸੋਈ ਕੰਮ ਕਰਦਾ ਉਹ ਅੱਗੇ ਨੂੰ ਵੀ ਕਰੇ ਜੋ ਪਰ ਕਿਸੇ ਤੇ ਹੁਕਮ ਨਹੀਂ ਕਰਿਆ ਜਾਂਦਾ ਕਿ ਇਹ ਕੰਮ ਐਸੇ ਕਿਉਂ ਕੀਤਾ ਐਸੇ ਕਿਉਂ ਨਹੀਂ ਕੀਤਾ ਕਿਉਂਕਿ ਕਰਨ ਖਾਰ ਮੇਰਾ ਵਾਹਿਗੁਰੂ ਸਵੈਮ ਆਪ ਹੈ ਕੋਈ ਦੂਜਾ ਕਾਰਣ ਕਾਰਣ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਬਲੇ ਹਾਰਨ ਹੈ ਜਲ ਥਲ ਮਹੀਆ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਹਿ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਹਿ ਜਾਈ ਇਹ ਭਾਈ ਸੋ ਪਰਮੇਸ਼ਰ ਸ਼ਾਹਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾ
ਇਹਦੀ ਆਗਿਆ ਵਿੱਚ ਰਹਿਣਾ ਉਚਿਤ ਹੈ ਪਿਆਰੇ। ਨਾਨਕ ਰਹਿਣ ਰਹਿ ਜਾਈ, ਰਜਾ ਵਿੱਚ ਰਹਿਣਾ ਸੋ ਕਰੇ ਜੇ ਸਿਰ ਜਾਈ ਰਜਾ ਰਹਿ। ਸਿੱਧ ਕਹਿਣ ਲੱਗੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਲਾ ਕਹਿੰਦੇ ਸੀ, ਕਿਉਂਕਿ ਸਤਿਗੁਰੂ ਛੋਟੀ ਆਜੂ ਸਿੱਧਾਂ ਦੀ ਹਜ਼ਾਰਾਂ ਵਧਿਆਂ ਦੀ ਆਜੂ। ਪਾਤਸ਼ਾਹ ਨੂੰ ਕਹਿਣ ਲੱਗੇ ਕਿ ਨਾਨਕ ਬਾਲੇ, ਜੋਗ ਦਾ ਭੇਕ ਧਾਰ ਮੁੰਦਰਾ ਝੋਲੀ ਵਿਭੂਤ ਖਿੰਤਾ ਡੰਡਾਰਕ ਧਾਰ ਕੇ ਗੋਰਖ ਨੂੰ ਆਦੇਸ਼ ਕਰ। ਆਦੇਸ਼ ਕਹਿੰਦੇ ਨੇ ਨਮਸਕਾਰ ਕਰ। ਉੱਤਮ ਆਈ ਪੰਥ ਲੈ ਲੈ, ਚੇਲੇ ਸੰਗ ਰਹਿਣਗੇ ਤੇਰੇ, ਜਗਤ ਨੂੰ ਜਿੱਤੇਗਾ, ਨਾਦ ਪਕੜੋ ਰਿੱਧੀਆਂ ਸਿੱਧੀਆਂ, ਦਿਨ ਰਾਤ ਹਾਜ਼ਰ ਰਹਿਣਗੀਆਂ ਤੇਰੇ। ਇਹ ਬਚਨ ਕੀਤੇ ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਬਚਨ ਕਹਿਣ ਲੱਗੇ। ਜੋਗ ਦਾ ਭੇਕ ਧਾਰ ਕਰ ਲੋ ਮੁੰਦਰਾ ਪਾਓ ਝੋਲੀ ਵਿਭੂਤ ਖਿੰਤਾ ਡੰਡਾ ਧਾਰ ਕੇ ਗੋਰਖ ਨੂੰ ਆਦੇਸ਼ ਕਰ। ਉੱਤਮ ਆਈ ਪੰਥ ਲੈ ਜਾ, ਉਹ ਚੇਲੇ ਸੰਗ ਰਹਿਣਗੇ, ਜਗਤ ਨੂੰ ਜਿੱਤੋਗੇ, ਨਾਦ ਪਕੜੋ ਰਿੱਧੀਆਂ ਸਿੱਧੀਆਂ, ਤੁਹਾਡੇ ਹਾਜ਼ਰ ਰਹਿਣਗੀਆਂ ਦਿਨ ਦਾ। ਜਦੋਂ ਇਹ ਬਚਨ ਕਹੇ ਸਿੱਧਾਂ ਨੇ, ਸਤਿਗੁਰੂ ਕਹਿਣ ਲੱਗੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ। ਤਾਂ ਲਾਭ ਸੇ ਪ੍ਰਸੰਨ ਰਹਿਣਾ ਇਹ ਸੰਤੋਖ ਹੈ। ਖੋਟੇ ਕਰਮਾਂ ਸੇ ਲੱਜਾ ਕਰਨੀ ਸ਼ਰਮ, ਖੋਟੇ ਕਰਮ ਨਹੀਂ ਕਰਨੀ, ਲੱਜਾ ਸ਼ਰਮ ਕਰਨੀ। ਇਹ ਦੋ ਮੁੰਦਰਾਂ ਧਾਰਨ ਕੀਤੀਆਂ ਨੇ ਜੋ ਕਰਨਾ ਵੇ ਜੋਗੀ ਪਾਉਂਦੇ। ਪਾਤਸ਼ਾਹ ਕਹਿਣ ਲੱਗੇ ਜੋ ਸਿੱਧਾ ਇਹ ਮੁੰਦਰਾਂ ਪਾਈਆਂ, ਜੋ ਖੋਟੇ ਕਰਮਾਂ ਤੋਂ ਸ਼ਰਮ ਲੱਜਾ ਕਰ। ਰਾਮਕਲੀ ਰਾਗ ਵਿੱਚ ਵੀ ਸਤਿਗੁਰਾਂ ਨੇ ਬਚਨ ਕਹੇ ਨੇ, ਸਰਮੇ ਕੀ ਆ ਮੁੰਦਰਾਂ ਪਾਓ ਤੂੰ ਜੋਗੀ। ਔਰ ਜੋਗੀ ਝੋਲੀ ਰੱਖਦੇ ਨੇ, ਸੋ ਪਾਪਾਂ ਤੇ ਰਹਿਤ ਹੋ ਕੇ ਲੋਕ ਫਲੋਕ ਜੇ ਆਪਣੀ ਪ੍ਰਤਿਸ਼ਠਾ ਬਣਾਈ ਰੱਖੀ। ਇਹ ਝੋਲੀ ਧਾਰਨ ਕੀਤੀ ਹੈ ਸਤਿਗੁਰੂ ਕਹਿਣ ਲੱਗੇ। ਸਦਾ ਅਕਾਲ ਮੂਰਤ ਦੇ ਧਿਆਨ ਵਿੱਚ ਜਿੱਤ ਰਹਿਣਾ ਇਹੀ ਵਿਭੂਤ ਲਾਭਣੀ ਕਰਦੇ। ਖਿੰਤਾ ਅਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹ ਕਾਲ ਕੀ ਕੁਆਰੀ, ਗ੍ਰਾਸ ਰੂਪ ਜੋ ਅਨਿੱਤ ਦੇ ਹੈ ਕਾਇਆ, ਜੋ ਐਸੀ ਸਮਝ ਸੋ ਖਿੰਥਾ ਕੀਤੀ। ਐਸੀ ਸਮਝ ਲਈ ਉਹ ਖਿੰਥਾ ਕੀਤੀ, ਜੈਸੇ ਖਿੰਥਾ ਦੇ ਉਤਾਰਨੇ ਦੂਸਰੀ ਧਾਰਨੇ ਵਿੱਚ ਨਾ ਕੁਛ ਪਰਿਸ਼ਰਮ ਨਾ ਚਿੰਤਾ ਹੁੰਦੀ। ਤੁਸੀਂ ਭਾਂਤ ਦੇਹ ਨੂੰ ਅਨਿੱਤ ਸਮਝਿਆ ਹੈ, ਦੇਹੀ ਨੂੰ ਨਿੱਤ ਨਹੀਂ ਅਨਿੱਤ ਸਮਝਿਆ, ਕਿਸ ਦੀ ਵੀ ਰਹਿਣ ਵਾਲੀ। ਕਿੰਤਾ ਅਨੇਕ ਰੰਗ ਦੇ ਟੁਕੜਿਆਂ ਦੀ ਬਣੀ ਹੁੰਦੀ ਹੈ, ਜਿਸ ਵਿੱਚ ਵੀ ਗੌਰ ਸਿਆਮ ਆਦਿਕ ਰੰਗ ਰਗਤ ਅਸਤ ਚਰਨ ਬਲ ਭੇਦ ਵਜਾ ਆਦਿਕ ਅਨੰਤ ਪ੍ਰਕਾਰ ਨੇ। ਐਸੀ ਸਮਝਿਆ ਭਾਵੇ ਕਿ ਸਰੀਰ ਸੇ ਆਪਣੇ ਨੂੰ ਭਿੰਨ ਦੇਖਿਆ, ਜਬ ਤੱਕ ਕਾਲ ਤੇ ਕੁਆਰੀ, ਵਿਆਹ ਨਹੀਂ ਹੋਇਆ ਕਾਲ ਨਾਲ, ਬਿਲਤੂ ਨਹੀਂ ਆਈ ਕੁਆਰੀ। ਕਾਲ ਦੇ ਕਾਇਆ ਨਹੀਂ ਦੱਸੀ, ਉਸਦੇ ਪ੍ਰਥਮ ਹੀ ਭਜਨ ਵਿੱਚ ਜੁੜਨਾ ਇਹੀ ਖਿੰਥਾ ਕੀਤੀ ਪਹਿਲਾਂ। ਔਰ ਅਕਾਲ ਮੂਰਤ ਵਿੱਚ ਨਿਹਚਾ ਕਰਕੇ ਪ੍ਰਤੀਤ ਨਿਹਚਾ ਵਿਸ਼ਵਾਸ ਗੁਰੂ ਮੁਰਸ਼ਦ ਸਤਿਗੁਰੂ ਪ੍ਰਤੀ ਦਾ ਜੋੜਨਾ ਇਹੀ ਡੰਡਾ ਧਾਰਨ।
ਖਿੰਥਾ ਕਾਲ ਕੁਆਰੀ ਗਾਇਆ ਜੋਗ ਡੰਡਾ ਪਰਤੀ। ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤੋ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ। ਆਈ ਪੰਥ ਇੱਕ ਜੋਗੀਆਂ ਦੇ ਪੰਥ ਦਾ ਭੇਦ ਹੈ। ਆਈ ਜਿਹਨਾਂ ਦੇ ਨਾਮ ਕਿ ਅੰਤ ਵਿੱਚ ਈ ਹੋਵੇ, ਐਸੇ ਬਾਲਕ ਦਾਈ ਸੋ ਆਈ ਪੰਥ। ਇਹ ਪੰਥ ਜੋਗੀਆਂ ਵਿੱਚ ਉੱਤਮ ਮੰਨਿਆ ਗਿਆ। ਜੋਗੀਆਂ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ, ਅਸੀਂ ਆਈ ਪੰਥ ਲੈ ਲਿਆ, ਉੱਤਮ ਪੰਥ ਮੰਨਿਆ ਗਿਆ। ਜਗਤ ਵਿੱਚ ਜਿੱਤਣ ਖਾਰੇ ਹੋਏ ਜਗਤ, ਕਿਉਂਕਿ ਮਨ ਦੇ ਸੰਕਲਪ ਤੇ ਅੰਦਰ ਜਗਤ ਹੈ। ਸੰਕਲਪ ਤੇ ਅਭਾਵ ਆਉਣੇ ਦੀ ਜਗਤ ਕਹੀਂ ਢੂੰਡਿਆ ਵੀ ਨਹੀਂ। ਸਮਾਨ ਸੇ ਤੋਂ ਸਭ ਆਪਣੇ ਤੋਂ ਮਨ ਜਿੱਤ ਹੀ ਸਮਾਧੀ ਜਿੱਤ ਵਿੱਚ ਮਨ ਦਾ ਕਹਿੰਦੇ ਨੇ, ਪਰੰਤੂ ਜਬ ਤੱਕ ਧਰਮੀ ਦਾ ਅਭਾਵ ਨਹੀਂ ਹੁੰਦਾ ਤਬ ਤੱਕ ਧਰਮ ਦਾ ਵੀ ਅਭਾਵ ਨਹੀਂ। ਸੋ ਮਨ ਧਰਮੀ ਹੈ, ਸੰਕਲਪ ਕਲਪ ਧਰਮ ਹੈ। ਜਬ ਸੁਖੋਪਤੀ ਮੂਰਛਤਾ ਸਮਾਧੀ ਸਥਿਰ ਵਿੱਚ ਮਨ ਦਾ ਅਭਾਵ ਹੋ ਜਾਂਦਾ ਤਬ ਸੰਕਲਪਾਂ ਦਾ ਵੀ ਅਭਾਵ ਹੋ ਜਾਂਦਾ। ਭਾਵੇ ਕਿ ਜਬ ਤੱਤਵ ਗਿਆਨ ਮਨੋਰਾਸ ਵਾਸ਼ਨਾ ਖੈ ਹੁੰਦੀ ਤਬ ਜਨਮ ਵਨ ਰੂਪ ਸੰਸਾਰ ਦਾ ਅਭਾਵ ਹੋ ਜਾਂਦਾ ਨਹੀਂ ਰਹਿੰਦਾ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼। ਜੋਗੀ ਆਦੇਸ਼ ਆਦੇਸ਼ ਬੋਲੀ ਬੋਲਦੇ ਨੇ, ਆਦੇਸ਼ ਨਾਮ ਨਮਸਕਾਰ ਕਰ। ਸੋ ਜੋ ਸਰਬ ਦੀ ਯਾਦ ਹੈ ਨੀਲਾਦਿਕ ਰੰਗਾਂ ਸੀ ਰਹਿਤ ਹੈ, ਕਲੰਕ ਸੇ ਰਹਿਤ ਸੰਖਿਆ ਤੇ ਰਹਿਤ ਹੈ, ਪਵਿੱਤਰ ਪਾਵਨ ਹੈ, ਅਨਾਦ ਆਦ ਸੋ ਰਹਿ ਦੂਸਰੇ ਕੇ ਮਾਰਿਆ ਨਹੀਂ ਜਾਂਦਾ। ਭਾਵੇਂ ਇੱਕ ਰਸ ਚਾਰੇ ਯੁੱਗਾਂ ਵਿੱਚ ਇੱਕ ਰੂਪ, ਦੇਸ਼ ਕਾਲ ਵਸਤੂ ਦੇ ਪਰਛੇ ਤੇ ਜੋ ਰਹਿਤ ਹੈ ਤੂੰ ਸਾਡੀ ਨਮਸਕਾਰ। ਭੋਗਤ ਗਿਆਨ ਦਇਆ ਮਡਾਰ ਘੱਟ ਘੱਟ ਵਾਜ ਹੈ ਨਾਦ। ਭੋਜਨ ਬਣੇ ਹੋਏ ਨੂੰ ਜੋਗੀ ਲੋਕ ਭੁਗਤ ਕਹਿੰਦੇ ਨੇ, ਜਿਵੇਂ ਭੋਜਨ ਤਿਆਰ ਹੋ ਜਾਵੇ ਜੋਗੀ ਜੋ ਸਿਰ ਨੇ ਉਹ ਭੁਗਤ ਕਹਿੰਦੇ ਨੇ ਕਿ ਭੁਗਤ ਤਿਆਰ ਹੋ ਗਿਆ ਭੋਜਨ ਜਦੋਂ ਤਿਆਰ ਹੋ ਗਿਆ। ਸੋ ਅੰਤ ਛਕਣ ਦੀ ਬਿਰਤੀ ਬ੍ਰਹਿਮਾਕਾਰ ਹੋਣੀ ਸਰਬੱਤ ਵਿੱਚ ਪੂਰਨ ਦੇਖਣਾ ਇਹੀ ਗਿਆਨ ਰੂਪ ਭੁਗਤ ਕੀਤੀ ਹੈ ਪਾਤਸ਼ਾਹ ਕਹਿ। ਆਤਮ ਸੁਖ ਕਰਕੇ ਤ੍ਰਿਪਤ ਹੋਏ ਹਾਂ ਪ੍ਰਭੂ ਦਾ ਸੂਪ ਸਭ ਨੂੰ ਜਾਣ ਕੇ ਸਰਬ ਭੂਤਾਂ ਪਰ ਦਇਆ ਕਰਨੀ ਇਹੀ ਭੰਡਾਰਨ ਬਣਾਈ। ਦਇਆ ਕੀ ਗਿਆਨ ਆਦਿ ਗੁਣਾਂ ਦੇ ਦੇਣ ਵਾਲੇ ਘਟਾਂ ਘਟਾਂ ਵਜੋਂ ਸ਼ਬਦ ਬਦਲਿਆ ਚਾਦ ਸੋਈ ਸਾਡਾ ਨਾਦ ਕਹਿ ਘੱਟ ਘੱਟ ਵਿੱਚ ਚੇਤਨ ਸਤਾ ਪ੍ਰਗਟ ਹੋ ਰਹੀ ਜਾਣੀ ਸੋਈ ਸਾਡਾ ਨਾਦ। ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾਸਾਦ। ਜੋ ਜੋਗੀਆਂ ਵਿੱਚ ਮਹੰਤ ਹੁੰਦਾ ਹੈ ਮੁੱਖ ਮਹੰਤ, ਜਿਸ ਨੂੰ ਪਿਆਰੀ ਉਹ ਨਾਥ ਕਹਿੰਦੇ ਨੇ, ਮੁੱਖ ਜੋ ਮਹੰਤ ਉਸਨੂੰ ਨਾਥ ਕਹਿੰਦੇ। ਤੋ ਜਿਹਦੀ ਸਾਰੀ ਸ੍ਰਿਸ਼ਟੀ ਆਗਿਆ ਰੂਪ ਸੂਤਰ ਵਿੱਚ ਨੱਥੀ ਹੋਈ ਹੈ, ਕਿਆ ਅਧੀਨ ਕੀਤੀ ਸੋਈ ਆਪ ਸਾਡਾ ਨਾਥ ਹੈ। ਪਾਤਸ਼ਾਹ ਕਹਿੰਦੇ ਉਹ ਸਾਡਾ ਨਾਥ ਹੈ ਪਰਮੇਸ਼ਰ ਅਕਾਲ। ਕਿ ਜੋਗੀਆਂ ਦੇ ਬਾਅਦ ਰਿੱਧੀਆਂ ਸਿੱਧੀਆਂ ਹੁੰਦੀਆਂ, ਸੋ ਰਿੱਧ ਆਦਿ ਆਦਿਕਾਂ ਦੇ ਵਰਤਾਵਣੇ ਲੱਗੀਆਂ ਟੋਟਕਾ,
ਅਣਮਾਤ ਅੱਠ ਸਿੱਧੀਆਂ ਮੁੱਖ ਨੇ 18 ਔਰ 23 ਤਿੰਨਾਂ ਦਾ ਅਸਿੱਟ ਸਵਾਦ ਹੈ, ਕਿਉਂਕਿ ਇਹ ਅਕਾਲ ਪੁਰਖ ਸੱਚਖੰਡ ਵਾਸੀ ਦੀ ਪ੍ਰਾਪਤੀ ਸੇ ਬਾਅਦ ਇਹਨਾਂ ਦਾ ਤਿਆਗ ਹੀ ਉੱਤੋਂ ਮੰਨਿਆ ਗਿਆ, ਕਿਉਂਕਿ ਇਹਨਾਂ ਦਾ ਤਿਆਗ ਉੱਤੋਂ ਮੰਨਿਆ ਗਿਆ, ਭਾਵ ਕਿ ਰਿੱਧ ਸਿੱਧ ਦਾ ਸਵਾਦ ਜੀਵਾਂ ਨੂੰ ਅਵੰਧ ਕਰ ਦਿੰਦਾ ਹੈ। ਕਿਆ ਢੱਕ ਲੈਂਦਾ ਇਹ ਰਿੱਧੀਆਂ ਸਿੱਧੀਆਂ ਦਾ ਸਵਾਦ ਔਰਾਂ ਨੂੰ ਹੈ, ਸਾਨੂੰ ਨਹੀਂ ਪਾਤਸ਼ਾਹ ਕਹਿਣ ਲੱਗੇ ਸਿੱਧਾਂ, ਇਹ ਸਾਨੂੰ ਨਹੀਂ ਇਸਦਾ ਸਵਾਦ, ਔਰਾਂ ਨੂੰ ਹੈ ਸਾਨੂੰ। ਸੰਯੋਗ ਵਯੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਜੋਗੀਆਂ ਦੇ ਸਾਥ ਚੇਲੇ ਹੁੰਦੇ, ਜੋ ਵਸਤੂ ਆਵਣੇ ਵਾਲੀ ਹੁੰਦੀ ਹੈ ਸੋ ਸੰਯੋਗ ਕਰਨੇ ਵਾਲਾ ਕਰਮ ਰੂਪ ਚੇਲਾ ਲੈ, ਜੋ ਵਸਤੂ ਜਾਣ ਵਾਲੀ ਹੁੰਦੀ ਹੈ ਸੋ ਵਿਯੋਗ ਕਰਨੇ ਵਾਲਾ ਕਰਮ ਰੂਪ ਚੇਲਾ ਲੈ। ਪ੍ਰਾਰਭ ਦੇ ਅਨੁਸਾਰ ਸੁੱਖ ਦੁੱਖ ਆਉਂਦਾ ਤੇ ਜਾਂਦਾ ਰਹਿੰਦਾ ਹੈ, ਪ੍ਰਾਰਭ ਦੇ ਅਨੁਸਾਰ ਪਿਆ। ਸੰਯੋਗ ਵਿਯੋਗ ਤੋਂ ਕਾਰ ਚਲਾਵੇ, ਲੇਖੇ ਆਵਹਿ ਭਾਗ। ਐਸੇ ਸੰਯੋਗ ਯੋਗ ਦੋਨੋਂ ਚੇਲੇ ਕਾਲ ਚਲਾਉਂਦੇ, ਸੋ ਸਾਡੇ ਲੇਖ ਵਿੱਚ ਲਿਖਿਆ ਹੈ ਸੋ ਸਾਨੂੰ ਸ਼ਾਂਦਾ ਆ ਜਾਂਦਾ ਹੈ ਮਿਲ ਜਾਂਦਾ, ਜੋ ਲਿਖਿਆ ਹੈ ਪਾਤਸ਼ਾਹ ਕਹਿਣ ਲੱਗੇ ਉਹ ਸ਼ਾਂਦਾ ਸਾਨੂੰ ਆ ਜਾਂਦਾ ਹੈ, ਜੋ ਪ੍ਰਾਰਭ ਦੇ ਅਨੁਸਾਰ ਜੋ ਲਿਖਿਆ ਹੈ ਵਧਾਤਾ ਉਹ ਤਾਂ ਮਿਲ ਜਾਣਾ। ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ਼ ਨਾਮ ਨਮਸਕਾਰ, ਜੋ ਸਰਬ ਦੀ ਯਾਦ ਦੀ ਲਾਦ ਰੰਗਾਂ ਰਹਿਤ ਮੇਰਾ ਵਾਹਿਗੁਰੂ ਨਾਦ ਆਦ ਤੋਂ ਰਹਿ, ਇਹ ਕਰਕੇ ਮਾਰਿਆ ਨਹੀਂ ਜਾਂਦਾ। ਇੱਕ ਰਸ ਚਾਰੇ ਯੁੱਗਾਂ ਵਿੱਚ ਇੱਕ ਰੂਪ, ਦੇਸ ਕਲ ਵਸਤੂ ਦੇ ਪਰਸ਼ੇਰ ਰਹਿਤ ਨੂੰ ਸਾਡੀ ਨਮਸਕਾਰ। ਏਕਾਵਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ। ਸਤਿਗੁਰੂ ਪਾਤਸ਼ਾਹ ਅੱਗੇ ਸਿੱਧਾਂ ਨੇ ਬੇਨਤੀ ਅਰਜ ਗੁਜਾਰੀ, ਪਾਤਸ਼ਾਹ ਕੁਝ ਵਿਸਤਾਰ ਨਾਲ ਉਤਪਤੀ ਦਾ ਪ੍ਰਕਾਰ ਬਿਆਨ ਕਰੋ, ਕਿਰਪਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਏਕਾਵਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ। ਇਹ ਸਿੱਧੋ ਇੱਕ ਜੋ ਅਕਾਲ ਮੂਰਤ ਪਰਮਾਤਮਾ ਮੇਰਾ ਵਾਹਿਗੁਰੂ, ਉਹ ਜਬ ਮਾਇਆ ਸਾਥ ਮਿਲਦਾ ਪਿਆ ਤਾਂ ਮਾਇਆ ਵਿਆਈ ਪ੍ਰਸੂਤ ਹੁੰਦੀ ਪਈ। ਦੇਹਮਾ ਵਿਸ਼ਨ ਮਹੇਸ਼ ਪ੍ਰਥਮ, ਇਹ ਤਿੰਨ ਚੇਲੇ ਪ੍ਰਮਾਣ ਹੋਏ। ਏਕਾ ਮਾਈ ਇੱਕ ਜੋ ਮਾਇਆ ਵਾਲਾ ਈਸ਼ਵਰ, ਇਹ ਸਾਥ ਮਾਇਆ ਜੁੜ ਕੇ ਪ੍ਰਸੂਤ ਹੋਈ ਵਿਆਈ, ਭਾਈ ਮਾਇਆ ਸੀ ਉਤਪਨ ਹੋਣੇ ਕਰਕੇ ਪੁੱਤਰ ਕਰੇ। ਪਰਮਾਤਮਾ ਨੇ ਉਪਦੇਸ਼ ਦਿੱਤਾ, ਇਸ ਵਾਸਤੇ ਚੇਲੇ ਕਹੇ ਨੇ, ਕਿਉਂਕਿ ਉਪਦੇਸ਼ ਪਰਮਾਤਮਾ ਨੇ ਦਿੱਤਾ, ਮਾਇਆ ਤੋਂ ਉਤਪਤ ਹੋਏ ਨੇ ਇਸ ਕਰਕੇ ਪੁੱਤਰ ਕਹੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਬ੍ਰਹਮਾ ਵਿਸ਼ਨੁ ਮਹੇਸ਼। ਇਹ ਪਾਤਸ਼ਾਹ ਕਹਿੰਦੇ ਨੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਇੱਕ ਬ੍ਰਹਮਾ ਦੀ ਸੰਸਾਰ ਦੀ ਉਤਪਤੀ ਕਰਨੇ ਲੱਗਿਆ, ਇਹ ਡੂਟੀ ਲਾ ਦਿੱਤੀ। ਇੱਕ ਸੰਸਾਰੀ ਕਿਹਾ, ਇੱਕ ਵਿਸ਼ਨੂੰ ਭਗਵਾਨ ਸਭ ਨੂੰ ਭੋਜਨ ਸ਼ਾਦਾਂ ਦੇ ਕੇ ਵਰਤ ਹੈ ਪਾਲਣਾ ਕਰ ਲੱਗਿਆ, ਤੂੰ ਭੰਡਾਰੀ ਕਹਿ ਦਿੱਤਾ। ਇੱਕ ਰੁਦਰ ਜੋ ਸ਼ਿਵਜੀ ਮਹਾਰਾਜ ਦੀਵਾਨ, ਸੰਸਾਰ ਨੂੰ ਲੈ ਨਾਸ ਕਰਨ ਵਾਲਾ ਸ਼ਿਵਜੀ ਮਹਾਰਾਜ ਭਗਵਾਨ ਰੁਦਰ ਵੀ ਕਹਿੰਦੇ ਨੇ।
ਰੁਦਰ ਦੀ ਲੈ ਰਾਸ ਕਰਨੇ ਦੀ ਬਾਣ ਹੁੰਦੀ ਪਈ ਇੱਕ ਲਾਈ ਦੀ ਬਾਣ ਜੇਵਤ ਸੁਭਾਵ ਤਿਵੈ ਚਲਾਵ ਜਿਵ ਹੋਵੈ ਪਰਮਾਣ ਜਿਸ ਜਿਸ ਪ੍ਰਕਾਰ ਤਿਸ ਅਕਾਲ ਮੂਰਤ ਨੂੰ ਭਾਉਂਦਾ ਹੈ ਮੇਰੇ ਵਾਹਿਗੁਰੂ ਤਰੰਕਾਰ ਤਿਸ ਤਿਸ ਪ੍ਰਕਾਰ ਇਨ ਤਿੰਨਾਂ ਨੂੰ ਚਲਾਉਂਦਾ ਕਿਉਂ ਚਲਾਵਣ ਵਾਲਾ ਕੋਈ ਦੂਜਾ ਨਹੀਂ ਆਪ ਨਿਰੰਕਾਰ ਇਹ ਤਿੰਨੇ ਦੇਵਤੇ ਪਿਆਰੇ ਉਹ ਹੁਕਮ ਦੇ ਵਿੱਚ ਬੰਧੇ ਹੋਏ ਕਾਲ ਗਲਤੀ ਪੈ ਜਿਸ ਜਿਸ ਪ੍ਰਕਾਰ ਹੁਕਮ ਹੁੰਦਾ ਫਰਮਾਨ ਹੁੰਦਾ ਨਿਰੰਕਾਰ ਸ੍ਰੀ ਪ੍ਰਕਾਰ ਤਿੰਨੇ ਚੱਲਦੇ ਜਿਸ ਤਰ੍ਹਾਂ ਤਿਸ ਪਰਮੇਸ਼ੁਰ ਨੂੰ ਪਾਉਂਦਾ ਇਸੀ ਪ੍ਰਕਾਰ ਉਹ ਤਿੰਨੋ ਜਗਤ ਨੂੰ ਚਲਾਉਂਦਾ ਜਿਸ ਪ੍ਰਕਾਰ ਪਰਮੇਸ਼ੁਰ ਦਾ ਹੁਕਮ ਹੁੰਦਾ ਸ੍ਰੀ ਪ੍ਰਕਾਰ ਆਪ ਵੀ ਚੱਲਦਾ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਪਾਤਸ਼ਾਹ ਬਣਾਉਂਦੇ ਉਹ ਵੇਖੈ ਉਹਨਾਂ ਨਦਰ ਨਾ ਬਹੁਤਾ ਇਹੋ ਵਡਾਣ ਉਹ ਅਕਾਲ ਪੁਰਖ ਮੇਰਾ ਵਾਹਿਗੁਰੂ ਨਿਰੰਕਾਰ ਤਿੰਨ ਚੇਲੇ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ ਅੰਤ ਸਮੇਂ ਔਰ ਬਲ ਨੂੰ ਦੇਖਦਾ ਔਰ ਉਹ ਤਿੰਨਾਂ ਨੂੰ ਉਸਦਾ ਸੂਪ ਇੰਨਾ ਕਰਕੇ ਦਿਖਾਈ ਨਹੀਂ ਦਿੰਦਾ ਤਿੰਨੇ ਦੇਵਤਿਆਂ ਨੂੰ ਭਾਵੇਂ ਦੇਵਤੇ ਵੱਡੇ ਨੇ ਬ੍ਰਹਮਾ ਜੀ ਸੇਠੀ ਨੂੰ ਸਾਜ ਦੇ ਰਹੇ ਵਿਸ਼ ਨੂੰ ਭਗਵਾਨ ਦੀ ਪਾਲਣਾ ਕਰਦੇ ਨੇ ਸ਼ਿਵ ਜੀ ਮਹਾਰਾਜ ਲੈ ਦਾਸ ਕਰਦੇ ਪਰ ਇੰਨਤਾ ਕਰਕੇ ਉਹਨਾਂ ਨੂੰ ਵੀ ਸੂਪ ਦਿਖਾਈ ਨਹੀਂ ਦਿੰਦਾ ਪਰਮੇਸ਼ੁਰ ਦਾ ਇਹ ਵੱਡਾ ਭਾਰੀ ਅਸਚਰਜ ਹੈ ਉਹ ਅਕਾਲ ਪੁਰਖ ਅਸਤੀ ਭਾਂਤੀ ਪ੍ਰੈ ਰੂਪ ਸਭ ਨੂੰ ਇੰਦਰੀਆਂ ਵਿੱਚ ਬੈਠ ਕੇ ਕੌਤਕ ਦੇਖਦਾ ਹੈ ਜੋ ਜੀਵ ਉਹ ਇੰਦਰੀਆਂ ਨੂੰ ਦ੍ਰਿਸ਼ਟੀ ਨਹੀਂ ਆਉਂਦਾ ਜੈਸੇ ਵੇਦ ਵਿੱਚ ਲਿਖਿਆ ਕਿ ਜਿਸੇ ਦੇਖਦਾ ਹੈ ਜਿਸੇ ਸੁਣਦਾ ਜਿਸੇ ਗੰਧ ਲੈਂਦਾ ਜਿਸੇ ਵਚਨ ਬੋਲਦਾ ਜਿਸ ਕਰਕੇ ਸਵਾਦ ਜਾਣਦਾ ਹੈ ਸੋਈ ਬ੍ਰਹਮ ਹੈ ਵੇਦਾਂ ਵਿੱਚ ਲਿਖਿਆ ਸੋਈ ਸੱਚੀ ਵਿਸ਼ਵ ਨੂੰ ਦੇਖਦਾ ਹੈ ਤੇ ਦੇਖਣੇ ਹਾਲਾ ਇੰਦਰੀਆਂ ਦੁਆਰਾ ਕੋਈ ਸੋਈ ਪ੍ਰਾਣ ਬੁੱਧ ਅਕਾਲ ਮੂਰਤ ਅਸਚਰਜ ਰੂਪ ਮੇਰਾ ਵਾਹਿਗੁਰੂ ਉਹ ਵੇਖੈ ਉਹਨਾਂ ਨਦਰ ਨਾ ਵੈ ਬਹੁਤ ਆਏ ਉਹ ਵੱਡਾ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ ਸਿੱਧ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਐਸੇ ਨਾਥ ਦਾ ਆਸਣ ਕਿਸ ਸਥਾਨ ਵਿੱਚ ਹੈ ਕਿੱਥੇ ਰਹਿੰਦਾ ਹੈ ਐਸਾ ਨਾਥ ਐਸਾ ਵਾਹਿਗੁਰੂ ਪਰਮੇਸ਼ਰ ਰਹਿੰਦਾ ਕਿੱਥੇ ਸਿੱਧਾਂ ਨੇ ਸਵਾਲ ਕੀਤਾ ਬਚਨ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਐਸੇ ਨਾਥ ਦਾ ਆਸਣ ਤੇ ਅਸਥਾਨ ਕਿੱਥੇ ਸਤਿਗੁਰੂ ਕਹਿਣ ਲੱਗੇ ਆਸਣ ਲੋਏ ਲੋਏ ਭੰਡਾਰ ਆਸਣ ਸਭ ਲੋਕਾਂ ਵਿੱਚ ਹੈ ਜਿਵੇਂ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਬੱਚੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਹ ਵਿੱਚ ਵਾਸ ਇੱਕ ਨਾ ਹੁਕਮ ਚਲਾਇਆ ਇੱਕ ਨਾ ਹੁਕਮੇ ਕਰੇ ਬਣਾ ਨਾ ਪਾਣੀ ਕੱਢ ਲਿਖਦਾ ਮਾਇਆ ਵਿੱਚ ਇਹ ਪੇ ਆਖਣਾ ਜਾਪੀ ਜੇ ਕਿਸੇ ਆਣੇ ਦਾ
ਕਿਉਂਕਿ ਉਹ ਮਾਲਕ ਸਭਨਾਂ ਵਿੱਚ ਬੈਠਾ, ਸਭਨੀ ਥਾਈ ਜਿੱਥੇ ਹੋ ਜਾਏ। ਆਸਣ ਲੋਏ ਲੋਏ ਪਾਂਡਾ ਦਾ ਆਸਣ ਸਭ ਲੋਕਾਂ ਵਿੱਚ ਸਰਬੱਤ ਰੱਖਿਆ, ਕਿਉਂਕਿ ਸਭਨਾਂ ਦੇ ਹਿਰਦੇ ਘਰ ਵਿੱਚ ਮੇਰਾ ਵਾਹਿਗੁਰੂ ਆਪ ਬੈਠਾ। ਜੀ ਸਤਾ ਸਫੁਲਤੀ, ਆਪਾਂ ਬੋਲਦੇ ਹਾਂ, ਵਿਚਰਦੇ ਹਾਂ, ਵਿਹਾਰ ਧੰਦੇ ਕਰਦੇ, ਸਦਾ ਸਫੁਲਤੀ ਵਾਹਿਗੁਰੂ ਹੀ ਦਿੰਦਾ। ਬੁਲਾਉਂਦਾ ਵੀ ਆ, ਬੋਲਦਾ ਵੀ ਆ, ਭੰਡਾਰਾ ਵੀ ਸਭ ਲੋਕਾਂ ਵਿੱਚ ਹੈ। ਦਸਵੇਂ ਪਾਤਸ਼ਾਹ ਜੀ ਦੇ ਦਸ ਸ੍ਰੀ ਦਸ ਗ੍ਰੰਥ ਵਿੱਚ ਵੀ ਪਾਵਨ ਬਚਨ ਨੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਵਾਨ ਕੋ ਦੈ। ਵੈਸਾ ਮਾਲ ਕਿਉਂਕਿ ਚੋਜੀ ਪ੍ਰੀਤਮ ਦੇ ਚੋਜ ਭਿੰਨ ਨੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਵਾਨ ਕੋ ਦੈ। ਜੋ ਕਿਛ ਪਾਇਆ ਸੋ ਏਕਾਵਾਰ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਕਿਛ ਪਾਇਆ ਸੋ ਏਕਾ। ਆਪਣੇ ਕਰਮਾਂ ਅਨੁਸਾਰ ਇਸ ਭੰਡਾਰੇ ਵਿੱਚੋਂ ਜੋ ਕੁਝ ਵੀ ਪਾਇਆ ਸੋ ਇੱਕ ਹੀ ਵਾਰ ਸਭਨਾਂ ਨੇ ਪਾ ਲਿਆ, ਇੱਕ ਵਾਰ ਹੀ ਪਾਇਆ। ਇਸ ਭੰਡਾਰੇ ਵਿੱਚੋਂ ਇਹ ਬਖਸ਼ਿਸ਼ਾਂ ਹੁੰਦੀਆਂ ਨੇ, ਕਿਉਂਕਿ ਆਪਾਂ ਲੇਖ ਲਿਖਾ ਕੇ ਹੀ ਆਏ ਹਾਂ ਪਿਆਰੇ। ਪ੍ਰਾਰਭ ਅਨੁਸਾਰ ਉਹ ਆਪਾਂ ਨੂੰ ਮਿਲਣਾ, ਕਿਉਂਕਿ ਲੇਖੇ ਵਿੱਚ ਚੱਲਦੇ ਹਾਂ, ਲੇਖੇ ਵਿੱਚ ਵਿਚਰਦੇ ਹਾਂ, ਗੁਰੂ ਨਾਨਕ ਦੇ ਘਰ ਆਏ ਹਾਂ। ਲਾਖਾ ਲੈ ਇਹ ਲਿਖਿਆ, ਇਹ ਸੰਗਤ ਇੰਜ ਨਹੀਂ ਨਸੀਬ ਹੋ ਜਾਂਦੀ। ਸਤਿਗੁਰੂ ਪਾਤਸ਼ਾਹ ਸੰਘਾਸਨ ਤੇ ਬੈਠੇ ਸਨ, ਬੇਨਤੀ ਅਰਜ ਗੁਜ਼ਾਰੀ ਪਾਤਸ਼ਾਹ, ਬੜੇ ਜਗਤ ਦੇ ਕਰਮ ਸੰਜਮ ਯਾਦਕ ਨੇ ਸਾਰਿਆਂ ਨਾਲੋਂ ਸਿੱਟ, ਉੱਤਮ ਕਰਮ ਕਿਹੜਾ, ਕਿਹਨਾਂ ਨੂੰ ਪ੍ਰਾਪਤ। ਪਾਤਸ਼ਾਹ ਕਹਿਣ ਲੱਗੇ, ਬੜਾ ਚੰਗਾ ਸਵਾਲ ਪੁੱਛਿਆ। ਸਤਿਗੁਰੂ ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਾਂ ਲੰਘੈ। ਹਰੀ ਦੀ ਕੀਰਤੀ ਗੁਣ ਗਾਉਣੇ ਪਰਮੇਸ਼ਰ ਦੇ, ਸੰਗਤ ਰੱਬ ਦੇ ਜਨਾਂ ਸੰਤਾਂ ਦੀ, ਸਾਰੀਆਂ ਕਰਮਾਂ ਨਾਲੋਂ ਸ਼੍ਰੋਮਣੀ ਸ੍ਰੇਸ਼ਟ ਕਦਮ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਹਿ, ਸਾਰੇ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਸੰਗਤ ਗੁਰੂ ਨਾਨਕ ਦੇ। ਵਾਹਿਗੁਰੂ ਪ੍ਰਾਪਤ ਕਿਹਨਾਂ ਨੂੰ? ਤੇ ਸਤਿਗੁਰੂ ਇਹ ਵੀ ਵਚਨ ਕਹਿੰਦੇ ਨੇ, ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ, ਆਪਣਾ ਦਿੱਤਾ ਹੋਇਆ ਹੀ ਆਪਾਂ ਲੈਂਦੇ, ਕਿਉਂਕਿ ਕਰਮਾਂ ਵਿੱਚ ਲਿਖਿਆ ਪੁਰਬ ਲਿਖੇ ਕਰ। ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ, ਪ੍ਰਾਪਤ ਹੋਣਾ ਲਿਖਿਆ ਹੈ ਕਿ ਗੁਰੂ ਨਾਨਕ ਦੇ ਘਰ ਆ। ਇਹ ਸੰਤ ਸੇਵੀ ਟਹਿਲ ਪਵਾਵੇਗਾ, ਲਾਹਾ ਲਵੇਗਾ, ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰੋਂ ਲਵੇਗਾ। ਲਿਖਿਆ ਕਿਉਂਕਿ ਸੰਗਤ ਵਿੱਚ ਆਏ ਹਾਂ, ਉਸ ਘਰ ਵਿੱਚ ਜੁੜੇਗਾ ਜੋ ਆਪ ਨਿਰੰਕਾਰ ਜਿੱਥੇ ਹਾਜ਼ਰ ਨਾਜ਼ਰ ਵਰਤਦਾ। ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਜੋ ਕਿਛ ਪਾਇਆ ਸੋ ਇੱਕ ਆ, ਇੱਕ ਵਾਰ ਹੀ ਸਭਨਾਂ ਨੇ ਪਾਇਆ, ਉਸੀ ਵਿੱਚ ਜੀਵਨ ਪਰਯੰਤ ਨਿਰਵਾਹ ਹੁੰਦਾ ਹੈ ਮਨੁੱਖ, ਉਸੀ ਵਿੱਚ, ਕਿਉਂਕਿ ਜੋ ਦਾਤ ਪਰਮੇਸ਼ਰ ਨੇ ਦੇ ਦਿੱਤੀ ਪ੍ਰਾਰਥ ਅਨੁਸਾਰ ਉਸੀ ਵਿੱਚ ਹੀ ਨਿਰਵਾਹ ਹੁੰਦਾ ਜੀਵਨ ਪਰਯੰਤ।
ਕਿਉਂਕਿ ਦੇਵਣ ਵਾਲੇ ਦਾਤੇ ਦੀ ਉਹ ਦਾਤਾਂ ਦਿੱਤੀਆਂ ਨੇ, ਉਸਨੂੰ ਕੋਈ ਖੋਹ ਨਹੀਂ ਸਕਦਾ, ਲੈ ਨਹੀਂ ਸਕਦਾ, ਕਿਉਂਕਿ ਉਹ ਦਾਤਾ ਵੱਡਾ ਹੈ ਦਾਤਾਂ ਦੇਵਣ ਵਾਲਾ। ਕਦ ਕਦ ਵੇਖੈ ਸਿਰ ਜਣ ਜੈਸੇ ਦਾਤ ਤੋਂ ਮਹੱਤ ਹੁੰਦਾ ਹੈ ਜੋਗੀਆਂ ਵਿੱਚ ਸਿੱਧਾਂ ਸਭ ਭੰਡਾਰਿਆਂ ਦੀ ਸੁੱਧ ਰੱਖਦਾ ਸਾਰੇ ਭੰਡਾਰਿਆਂ ਦੀ ਤੈਸੇ ਸਭ ਸਥਾਨ ਸਿਰਜਣਹਾਰ ਅਕਾਲ ਪੁਰਖ ਰਚ ਰਚ ਕੇ ਦੇਖਦਾ ਰਹਿੰਦਾ ਸਾਰੇ ਸਥਾਨ ਰਚੇ ਤਾਂ ਉਸ ਮਾਲਕ ਨੇ ਉਹ ਸਭਨਾ ਦੀ ਖਬਰ ਰੱਖਦਾ ਹੈ ਦੇਖਦਾ ਹੈ ਸੁਣਦਾ ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ ਪਿਆ ਕਦ ਕਦ ਵੇਖੈ ਸਿਰਜਣਹਾਰ ਉਹ ਸਿਰਜਣਹਾਰ ਦਾ ਤਾਰ ਆਪ ਦੇਖਦਾ ਕਿਉਂਕਿ ਚੋਜੀ ਪ੍ਰੀਤਮ ਦੇ ਜੋਜ ਪਿਆਰੀ ਉਹ ਪੈਂਦੀ ਹੀ ਹੁੰਦੇ ਉਹ ਮਾਲਕ ਐਸਾ ਚੋਜੀ ਪ੍ਰੀਤਮ ਕਰਨ ਖਾਦ ਵੀ ਆ ਬਖਸ਼ਿਸ਼ਾਂ ਵੀ ਆਪ ਕਰਦਾ ਹੈ ਵੇ ਦੇਖਦਾ ਵੀ ਹੈ ਕਬਰ ਵੀ ਲੈਂਦਾ ਨਾਨਕ ਸੱਚੇ ਕੀ ਸਾਚੀ ਕਾਰ ਤੇ ਸੱਚੇ ਪੁਰਖ ਦੀ ਸਭ ਕਾਰ ਸੱਚੀ ਕਹਿ ਜੈਸੇ ਪੁਰਖ ਸੇ ਪੂਰਬ ਸੇ ਪ੍ਰਾਰੰਭ ਕੀਤਾ ਵੈਸਾ ਹੀ ਪਰਲੇ ਪਰਯੰਤ ਨਿਯਮ ਚੱਲਿਆ ਜਾਂਦਾ ਨਾਨਕ ਸੱਚੇ ਕੀ ਸਾਚੀ ਪਾਪੀਆਂ ਨੂੰ ਨਰਕ ਹੁੰਦਾ ਪੁੰਨੀਆਂ ਨੂੰ ਸਵਰਗ ਗਿਆਨੀਆਂ ਦੀ ਮੋਖ ਹੋ ਜਾਂਦੀ ਹੈ ਕਦ ਕਦ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਾਖ ਜੁਗ ਜੁਗ ਏਕੋ ਵੇਸੋ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਤੇ ਚੱਲੀਏ ਗੁਰ ਸ਼ਬਦੀ ਗੁਰਮਤੀਏ ਬਣੀਏ ਉਸ ਮਾਲਕ ਨੂੰ ਆਦੇਸ਼ ਨਮਸਕਾਰ ਜੋ ਸਰਬ ਦੀ ਆਦ ਰੂਪ ਮੇਰਾ ਵਾਹੇ ਜੋ ਆਪ ਜਨਮ ਤੇ ਮਨ ਵਿੱਚ ਨਹੀਂ ਆਉਂਦਾ ਚਾਰੀ ਯੁੱਗਾਂ ਵਿੱਚ ਵੀ ਇੱਕ ਰੂਪ ਹੈ ਕਿਉਂਕਿ ਉਹ ਮਾਲਕ ਹਾਜ਼ਰਾ ਹਜ਼ੂਰ ਉਸ ਮਾਲਕ ਨੂੰ ਨਮਸਕਾਰ ਡੰਡੋਰ ਬੇਨਤੀ ਉਹ ਸਤਿਗੁਰੂ ਪਾਤਸ਼ਾਹ ਵਚਨ ਕਹਿੰਦੇ ਨੇ ਆਦੇਸ਼ ਤੈਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸਤਿਗੁਰੂ ਦੀ ਅਵਦੇਸ਼ ਤੇ ਚੱਲੀਏ ਗੁਰ ਸ਼ਬਦੀ ਗੁਰਮਤੀਏ ਨਾਮ ਨੂੰ ਜਪੀਏ ਸੰਗ ਕਰੀਏ ਸਤਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਪਾਸ ਹੈ ਸੰਗੀ